ਤੁਹਾਡੀ ਸੁੱਚਾ ਸੂਰਮਾ ਫਿਲਮ ਜਿਹੜੀ ਹੈ ਨਾ ਬੜੀ ਹਿੱਟ ਜਾ ਰਹੀ ਹੈ ਔਰ ਲੋਕਾਂ ਨੂੰ ਤੁਹਾਡਾ ਕਿਰਦਾਰ ਜਿਹੜਾ ਬਹੁਤ ਪਸੰਦ ਆ ਰਿਹਾ, ਕਿੱਦਾਂ ਦਾ ਰਿਹਾ ਇਸ ਫਿਲਮ ਦੇ ਨਾਲ ਰਾਬਤਾ ਜਿਹੜਾ ਸੀਗਾ, ਫਿਲਮ ਦੀ ਸ਼ੂਟ ਕਿਹੋ ਜਿਹੀ ਰਹੀ? ਬਹੁਤ ਵਧੀਆ ਤਜਰਬਾ ਰਿਹਾ, ਬਹੁਤ ਵਧੀਆ ਫਿਲਮ ਸੀ, ਬਹੁਤ ਵਧੀਆ ਟੀਮ ਵਰਕ ਸੀ, ਸਾਰਿਆਂ ਨੇ ਮਿਹਨਤ ਕੀਤੀ ਆਪਣੇ ਆਪਣੇ ਥਾਂ 'ਤੇ, ਜਿਹਦਾ ਜਿਹੜਾ ਵੀ ਡਿਪਾਰਟਮੈਂਟ ਸੀ, ਕੋਸਟਿਊਮ ਵਾਲਿਆਂ ਨੇ, ਮੇਕਅਪ ਵਾਲਿਆਂ ਨੇ, ਸੈੱਟ ਵਾਲਿਆਂ ਨੇ, ਡਾਇਰੈਕਟਰ ਡਾਇਰੈਕਸ਼ਨ ਟੀਮ ਨੇ, ਐਕਟਰਾਂ ਨੇ ਹਰ ਥਾਂ 'ਤੇ, ਅਤੇ ਉਹ ਕੁਦਰਤੀ ਇਹ ਹੁੰਦਾ ਕਿ ਜਿਹੜੀ ਚੀਜ਼ ਨੇ ਸਫਲ ਹੋਣਾ ਹੁੰਦਾ ਨਾ, ਉਹਦੇ 'ਚ ਸਾਰੀਆਂ ਹੀ ਇਮਾਨਦਾਰੀਆਂ, ਸਾਰੀਆਂ ਹੀ ਪੋਜ਼ਿਟਿਵ ਥਿੰਗਸ ਨਾਲ ਨਾਲ ਜੁੜਦੀਆਂ ਜਾਂਦੀਆਂ। ਬੱਬੂ ਮਾਨ ਦੇ ਫੈਨ ਜਿੰਨੇ ਵੀ ਆ, ਉਹ ਕਿਰਪਾ ਕਰਕੇ ਫਿਲਮ ਦੇ ਦੌਰਾਨ ਲਲਕਾਰੇ, ਹੂੜ ਮੱਤ, ਸੀਟੀਆਂ ਇਹ ਨਾ ਮਾਰਿਓ, ਕਿਉਂਕਿ ਪਰਿਵਾਰਾਂ ਨੂੰ ਵੇਖਣ 'ਚ ਮੁਸ਼ਕਿਲ ਆਉਂਦੀ ਹੈ, ਮੈਨੂੰ ਕਈ ਪਰਿਵਾਰਾਂ ਨੇ ਦੱਸਿਆ ਇਸ ਤਰ੍ਹਾਂ। ਔਰ ਤੁਹਾਡੀ ਸ਼ੁਕਰਾਨਾ ਫਿਲਮ ਜਿਹੜੀ ਹੈ ਉਹ ਵੀ ਆਈ ਹੈ, ਉਸ ਦੇ ਵਿੱਚ ਵੀ ਕੰਮ ਕੀਤਾ ਤੁਸੀਂ, ਔਰ ਉਹਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਨਹੀਂ, ਉਹਦਾ ਵੀ ਉਹ ਸਿਮਰਜੀਤ ਭਾਜੀ ਦੀ ਫਿਲਮ ਹੈ, ਮੈਂ ਪਹਿਲਾਂ ਅੰਗਰੇਜ਼ ਜਿਹੜੀ ਸਭ ਤੋਂ ਵਧੀਆ ਪੰਜਾਬੀ ਦੀ ਫਿਲਮ ਗਿਣੀ ਜਾਂਦੀ ਹੈ, ਉਹ ਵੀ ਕਲਚਰਡ ਫਿਲਮ ਸੀ, ਅਤੇ ਉਹਦੇ 'ਚ ਮੈਂ ਐਜ਼ ਏ ਕਾਸਟਿੰਗ ਡਾਇਰੈਕਟਰ ਜੁੜਿਆ ਸਾਂ, ਅਤੇ ਉਹ ਕਾਫੀ ਸਾਰੀ ਟੀਮ ਆ, ਅੰਮ੍ਰਿਤ ਮਾਨ ਜੀ ਨਾਲ ਮੈਂ 2-5 ਹੁਣੇ ਆ, ਕੇਬਲ 1 'ਤੇ ਰਿਲੀਜ਼ ਹੋਈ ਹੈ, ਦੁਬਾਰਾ ਰੀ ਰਿਲੀਜ਼ ਹੋਈ ਆ, ਉਹ ਕੀਤੀ ਸੀ, ਅਤੇ ਜਸ ਬਾਜਵਾ ਜੀ ਨਾਲ ਮੈਂ ਸਰਪੰਚੀ ਕੀਤੀ ਸੀ ਮੇਰੀ ਚੌਪਾਲ 'ਤੇ, ਉਹ ਵੀ ਕਾਫੀ ਚੱਲੀ ਸਰਪੰਚੀ, ਅਤੇ ਉਹ ਫਿਰ ਟੀਮ ਸਾਰੀ ਬੜੀ ਪਿਆਰ ਵਾਲੀ ਸੀ, ਅਤੇ ਉੱਥੇ ਵੀ ਮਤਲਬ ਬਹੁਤ ਮਜ਼ਾ ਆਇਆ, ਉਹ ਵੀ ਇੱਕ ਪੁਰਾਤਨ ਇੱਕ ਡਿਫਰੈਂਟ ਤਰ੍ਹਾਂ ਦੀ ਸਟੋਰੀ ਹੈ ਸ਼ੁਕਰਾਨਾ, ਅਤੇ ਕੁੜੀ ਦਾ ਹਸਬੈਂਡ ਉਹਦੀ ਡੈਥ ਹੋ ਜਾਂਦੀ ਹੈ, ਤਾਂ ਉਹਨੂੰ ਕਿਵੇਂ ਉਹਦੇ ਛੋਟੇ ਭਰਾ ਨਾਲ ਕਹਿਣਾ ਪੈਂਦਾ, ਅਤੇ ਉਸ ਤਰੀਕੇ ਦੀ ਇੱਕ ਬੜੀ ਇਮੋਸ਼ਨਲ ਕਹਾਣੀ ਹੈ ਪਰਿਵਾਰਿਕ ਰਿਸ਼ਤੇ ਨੂੰ ਲੈ ਕੇ। ਐਜ਼ ਅ ਪ੍ਰੋਫੈਸ਼ਨ ਤੁਸੀਂ ਪਟਵਾਰੀ ਹੋ, ਹੈ ਨਾ, ਅਤੇ ਇਹ ਫਿਲਮਾਂ ਦੇ ਵਿੱਚ ਕਿੱਦਾਂ ਆਉਣਾ ਹੋਇਆ, ਕੀ ਸੰਜੋਗ ਬਣਿਆ, ਜਾਂ ਸ਼ੌਂਕ ਸੀ, ਜਾਂ ਸਬਾਬੀ ਇੱਦਾਂ ਦਾ ਬਣਿਆ ਕਿ ਚਲੋ ਸੋਚਿਆ ਕਿ ਕਰ ਲੈਂਦੇ ਹਾਂ? ਨਹੀਂ 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 ਨਹੀਂ, ਮੈਂ ਪਹਿਲਾਂ ਹੀ ਕਲਾਕਾਰ ਸਾਂ, ਅਤੇ ਮੈਂ 89 ਦੇ ਵਿੱਚ ਇੱਕ ਸਾਡੇ ਅੰਮ੍ਰਿਤਸਰ ਦੇ ਵਿੱਚ ਧਰਤੀ ਦੀ ਨੂੰ ਪੰਜਾਬ ਇੱਕ ਆਇਆ ਸੀ ਲਾਈਟ ਐਂਡ ਸਾਊਂਡ ਸ਼ੋ, ਰੋਸ਼ਨੀ ਅਤੇ ਆਵਾਜ਼ 'ਤੇ ਅਧਾਰਿਤ, ਉਹਦੇ ਵਿੱਚ ਜਿੰਨੇ ਵੀ ਅੰਮ੍ਰਿਤਸਰ ਦੇ ਅੱਜ ਐਸਟੈਬਲਿਸ਼ਡ ਥੀਏਟਰ ਜਾਂ ਫਿਲਮ ਐਕਟਰਸ ਨੇ ਉਹ ਸਾਰੇ ਉਹਦੇ ਵਿੱਚ ਸੀ, ਅਤੇ ਮੈਂ ਵੀ ਇੱਕ ਸੁਲਤਾਨ ਵਿੰਡੋ ਪਿੰਡੋਂ ਉੱਠ ਕੇ, ਅਤੇ ਮੈਂ ਅਪਲਾਈ ਕਰਤਾ ਸੀ ਉਦੋਂ, ਅਤੇ ਉਹ ਸਿਲੈਕਟ ਹੋ ਗਿਆ, ਉਹਨਾਂ ਨੇ ਆਡੀਸ਼ਨ ਲਈ ਸੀ, ਸਿਲੈਕਟ ਹੋ ਗਿਆ, ਅਣਜਾਣ ਪੁਣੇ 'ਚ ਉਹਨੇ ਮਤਲਬ ਲਗਨ ਵੀ ਉਹਨੇ ਲਾਈ, ਔਰ ਸਵਾਦ ਵੀ ਉਹਨੇ ਦਿੱਤਾ, ਪ੍ਰੋਫੈਸ਼ਨ ਵੀ ਉਹਨੇ ਬਣਾਇਆ, ਫਿਰ 89 ਤੋਂ ਫਿਰ 90 ਦੇ ਵਿੱਚ ਮੈਂ ਅੰਮ੍ਰਿਤਸਰ ਥੀਏਟਰ ਗਰੁੱਪ ਜੁਆਇਨ ਕਰ ਲਿਆ ਸੀ, ਮੰਚ ਰੰਗ ਮੰਚ ਕੇਵਲ ਭਾਜੀ ਦੇ ਨਾਲ, ਫਿਰ ਪ੍ਰੋਫੈਸ਼ਨਲੀ ਕੰਮ ਸ਼ੁਰੂ ਕਰਤਾ, ਅਤੇ ਪਟਵਾਰ 'ਤੇ ਮੈਂ 92 'ਚ ਜਾ ਕੇ ਕੀਤੀ ਆ। ਸੇਂਟ ਸੋਲਜਰ ਟਾਈਮਸ 'ਤੇ ਮੈਂ ਹਾਂ ਜਸਪ੍ਰੀਤ ਕੌਰ ਸ਼ੇਰਗਿੱਲ, ਔਰ ਹਾਜ਼ਰ ਹਾਂ ਜੀ ਅੱਜ ਦਾ ਪੋਡਕਾਸਟ ਲੈ ਕੇ, ਔਰ ਅੱਜ ਮੇਰੇ ਨਾਲ ਇਸ ਪੋਡਕਾਸਟ ਦੇ ਵਿੱਚ ਮੌਜੂਦ ਨੇ ਗੁਰਿੰਦਰ ਮਕਨਾ ਜੀ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ, ਔਰ ਸਰ ਨੇ ਬਹੁਤ ਸਾਰੇ ਪ੍ਰੋਜੈਕਟ ਕੀਤੇ ਨੇ, ਬੰਬੇ ਤੋਂ ਲੈ ਕੇ ਪੰਜਾਬ ਤੱਕ ਜਿਹੜੀਆਂ ਫਿਲਮਾਂ ਨੇ ਜਾਂ ਸੀਰੀਅਲਸ ਨੇ ਉਹਨਾਂ ਦੇ ਵਿੱਚ ਕੰਮ ਕੀਤਾ, ਸੋ ਅੱਜ ਕਰਾਂਗੇ ਗੱਲਾਂ ਬਾਤਾਂ ਉਹਨਾਂ ਦੇ ਪ੍ਰੋਜੈਕਟਸ ਦੇ ਬਾਰੇ, ਉਹਨਾਂ ਦੇ ਫਿਲਮੀ ਸਫ਼ਰ ਦੇ ਬਾਰੇ, ਔਰ ਕਿਹੋ ਜਿਹੀ ਉਹਨਾਂ ਦੀ ਜਰਨੀ ਰਹੀ ਅਤੇ ਅਗਲੇ ਆਉਣ ਵਾਲੇ ਪ੍ਰੋਜੈਕਟ ਜਿਹੜੇ ਨੇ ਉਹ ਕਿਹੜੇ ਕਿਹੜੇ ਨੇ। ਸੋ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਡੀ ਸੁੱਚਾ ਸੂਰਮਾ ਫਿਲਮ ਜਿਹੜੀ ਹੈ ਨਾ ਬੜੀ ਹਿੱਟ ਜਾ ਰਹੀ ਹੈ, ਔਰ ਲੋਕਾਂ ਨੂੰ ਤੁਹਾਡਾ ਕਿਰਦਾਰ ਜਿਹੜਾ ਬਹੁਤ ਪਸੰਦ ਆ ਰਿਹਾ। ਓਬਵੀਅਸਲੀ ਬੱਬੂ ਮਾਨ ਦਾ ਡਾਇਲੋਗ ਵੀ ਹੈ ਵਿੱਚ ਕਿ ਮਾਸੜ ਤੇ ਮੱਸੇ ਰੰਗੜ ਵਰਗਾ, ਇਹਨੂੰ ਰਹਿਣ ਦਾ ਨੰਬਰਦਾਰ ਨੂੰ ਜਿਹੜਾ ਉਹ ਲਾ ਦੋ ਮਨੌਤ, ਹੈ ਨਾ। ਸੋ ਤੁਹਾਡਾ ਕਿੱਦਾਂ ਦਾ ਰਿਹਾ ਇਸ ਫਿਲਮ ਦੇ ਨਾਲ ਰਾਬਤਾ ਜਿਹੜਾ ਸੀਗਾ, ਫਿਲਮ ਦੀ ਸ਼ੂਟ ਕਿਹੋ ਜਿਹੀ ਰਹੀ? ਸਭ ਤੋਂ ਪਹਿਲਾਂ ਤੇ ਚੈਨਲ ਵੇਖ ਰਹੇ ਸਾਰੇ ਹੀ ਪਿਆਰੇ ਦਰਸ਼ਕਾਂ ਨੂੰ ਗੁਰਿੰਦਰ ਮਕਨਾ ਵੱਲੋਂ ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ। ਅਤੇ
ਬਹੁਤ ਵਧੀਆ ਤਜਰਬਾ ਰਿਹਾ, ਬਹੁਤ ਵਧੀਆ ਫਿਲਮ ਸੀ, ਬਹੁਤ ਵਧੀਆ ਟੀਮ ਵਰਕ ਸੀ, ਸਾਰਿਆਂ ਨੇ ਮਿਹਨਤ ਕੀਤੀ ਆਪਣੀ ਆਪਣੀ ਥਾਂ 'ਤੇ, ਜਿਹਦਾ ਜਿਹੜਾ ਵੀ ਡਿਪਾਰਟਮੈਂਟ ਸੀ, ਕੋਸਟਿਊਮ ਵਾਲਿਆਂ ਨੇ, ਮੇਕਅਪ ਵਾਲਿਆਂ ਨੇ, ਸੈੱਟ ਵਾਲਿਆਂ ਨੇ, ਡਾਇਰੈਕਟਰ ਡਾਇਰੈਕਸ਼ਨ ਟੀਮ ਨੇ, ਐਕਟਰਾਂ ਨੇ ਹਰ ਥਾਂ 'ਤੇ, ਅਤੇ ਉਹ ਕੁਦਰਤੀ ਇਹ ਹੁੰਦਾ ਕਿ ਜਿਹੜੀ ਚੀਜ਼ ਨੇ ਸਫਲ ਹੋਣਾ ਹੁੰਦਾ ਨਾ, ਉਹਦੇ 'ਚ ਸਾਰੀਆਂ ਹੀ ਇਮਾਨਦਾਰੀਆਂ, ਸਾਰੀਆਂ ਹੀ ਪੋਜ਼ਿਟਿਵ ਥਿੰਗਸ ਨਾਲ ਨਾਲ ਜੁੜਦੀਆਂ ਜਾਂਦੀਆਂ, ਅਤੇ ਉਹੀ ਇਸ ਫਿਲਮ ਨਾਲ ਹੋਇਆ। ਔਰ ਇਹ ਇੱਕ ਸੱਚੀ ਸੁੱਚੀ ਫਿਲਮ ਹੈ ਜਿਹਦੇ ਵਿੱਚ ਕੋਈ ਛਲ ਕਪਟ ਨਹੀਂ ਹੈ, ਕੋਈ ਇਹੋ ਜਿਹੀ ਚੀਜ਼ ਨਹੀਂ ਹੈ, ਦਿਖਾਵਾ ਨਹੀਂ ਹੈ, ਪ੍ਰਚੰਡ ਨਹੀਂ ਹੈ, ਸ਼ੋਸ਼ਾ ਨਹੀਂ ਹੈ, ਨਾ ਇਹਦੀ ਪ੍ਰਮੋਸ਼ਨ 'ਚ, ਨਾ ਇਹਦੇ ਕਮਾਈ 'ਚ, ਕਿਸੇ ਵੀ ਤਰੀਕੇ 'ਚ ਤੁਸੀਂ ਵੇਖ ਸਕਦੇ ਹੋ। ਬੜੇ ਨਿਰਮਲ ਅਤੇ ਨਿਰਪੱਖ ਤਰੀਕੇ ਨਾਲ ਇਹ ਫਿਲਮ ਆਪ ਹੀ ਆਪ ਮਾਰੇ ਲੋਕ ਇਹਨੂੰ ਪ੍ਰਮੋਟ ਕਰ ਰਹੇ ਆ, ਮੂੰਹੋਂ ਬੋਲ ਬੋਲ ਕੇ ਤੂੰ ਵੇਖੀ ਤੂੰ ਵੇਖੀ, ਇਸ ਤਰ੍ਹਾਂ ਪਰਿਵਾਰਾਂ ਸਾਹਿਬ ਜਾ ਰਿਹਾ। ਇੱਥੋਂ ਤੱਕ ਕਿ ਮੈਂ ਇੱਕ ਵੀਡੀਓ 'ਤੇ ਰੀਲ ਵੀ ਪਾਈ ਸੀ ਫੇਸਬੁੱਕ 'ਤੇ, ਵੀ ਭਾਈ ਗੱਲ ਸੁਣੋ, ਸੁੱਚਾ ਸੂਰਮਾ ਬੱਬੂ ਮਾਨ ਦੇ ਫੈਨ ਜਿੰਨੇ ਵੀ ਆ, ਉਹ ਕਿਰਪਾ ਕਰਕੇ ਫਿਲਮ ਦੇ ਦੌਰਾਨ ਲਲਕਾਰੇ, ਹੂੜ ਮੱਤ, ਸੀਟੀਆਂ ਇਹ ਨਾ ਮਾਰਿਓ, ਕਿਉਂਕਿ ਪਰਿਵਾਰਾਂ ਨੂੰ ਵੇਖਣ 'ਚ ਮੁਸ਼ਕਿਲ ਆਉਂਦੀ ਹੈ। ਮੈਨੂੰ ਕਈ ਪਰਿਵਾਰਾਂ ਨੇ ਦੱਸਿਆ ਇਸ ਤਰ੍ਹਾਂ, ਪਰ ਉਹ ਕਹਿੰਦੇ ਭਾਅ ਜੀ ਪਰਿਵਾਰਾਂ ਨੂੰ ਕਹੋ ਅਜੇ ਅਜੇ 2 ਹਫ਼ਤੇ ਨਾ ਜਾਣ, ਅਸੀਂ ਤਾਂ ਵੇਖਣੀ ਹੈ ਅਤੇ ਇਸੇ ਤਰ੍ਹਾਂ ਉਹਨਾਂ ਨੇ ਖੱਬ ਪਾਉਣੀ। ਇਸ ਤਰ੍ਹਾਂ ਦੇ ਕਈ ਕਮੈਂਟਸ ਆਏ ਅਤੇ ਇਹਦਾ ਮਤਲਬ ਵੀ ਪਸੰਦ ਕਰ ਰਹੇ ਨੇ। ਔਰ ਮੈਨੂੰ ਕਈਆਂ ਦੇ ਕਮੈਂਟ ਵੀ ਆਏ ਕਿ ਮੈਂ 5 ਵਾਰੀ ਵੇਖ ਲਈ ਅਜੇ ਵੀ ਸਬਰ ਨਹੀਂ ਆਉਂਦਾ। ਨਹੀਂ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ, ਕਿਉਂਕਿ ਪਰਿਵਾਰਕ ਫਿਲਮ ਆ, ਔਰ ਕੁਛ ਇੱਦਾਂ ਦਾ ਨਹੀਂ ਦਿਖਾਇਆ ਗਿਆ, ਕਿਉਂਕਿ ਮੈਂ ਆਪ ਪਹਿਲੇ ਦਿਨ ਫਿਲਮ ਵੇਖ ਕੇ ਆਈ ਸੀ ਔਰ ਮੈਨੂੰ ਬਹੁਤ ਅੱਛੀ ਲੱਗੀ। ਮਤਲਬ ਲੱਗਦਾ ਹੁੰਦਾ ਕਿ ਕਈ ਵਾਰੀ ਕਿ ਚਲੋ ਬੱਬੂ ਮਾਨ ਦੀ ਫਿਲਮ ਆ, ਸ਼ਾਇਦ ਮੁੰਡਿਆਂ ਖੁੰਡਿਆਂ ਦੇ ਦੇਖਣ ਵਾਲੀ ਹੈ, ਪਰ ਨਹੀਂ, ਇਹੋ ਜਿਹਾ ਵਿੱਚ ਕੁਝ ਵੀ ਨਹੀਂ ਆ ਔਰ ਬਹੁਤ ਅੱਛੀ ਸਟੋਰੀ ਹੈ, ਔਰ ਤੁਹਾਡਾ ਕਿਰਦਾਰ, ਤੁਹਾਡੇ ਜਿਹੜੇ ਬਾਕੀ ਦੋਸਤ ਸੀਗੇ ਜਾਂ ਫਿਲਮ ਦੇ ਵਿੱਚ ਕਲਾਕਾਰ ਸਨ, ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕੀਤਾ। ਨਹੀਂ, ਸਾਰਿਆਂ ਨੇ ਵਧੀਆ ਕੀਤਾ। ਇੰਨੀ ਮੈਂ ਐਜ਼ ਏ ਦਰਸ਼ਕ, ਮੈਂ ਜਦੋਂ ਪਹਿਲੇ ਦਿਨ ਵੇਖੀ ਤਾਂ ਮੈਨੂੰ ਬਹੁਤ ਘੱਟ ਤੋਂ ਘੱਟ ਡਾਇਲੋਗ ਨੇ, ਕੋਈ ਫਾਲਤੂ ਚੀਜ਼ ਨਹੀਂ, ਨਾ ਫਿਲਮ ਦੀ ਫੋਟੋਗ੍ਰਾਫੀ 'ਚ, ਨਾ ਡਾਇਰੈਕਸ਼ਨ 'ਚ, ਨਾ ਐਕਸ਼ਨ 'ਚ, ਕਿਤੇ ਵੀ ਜੋ ਚਾਹੀਦਾ ਉਹੀ ਹੈ ਫਿਲਮ 'ਚ। ਡਾਇਲੋਗ ਇੰਨੇ ਕੁ ਭਰਪੂਰ ਹੈ, ਕੋਈ ਹਾਂ ਹੂਮ ਨਹੀਂ ਹੈ, ਜੋ ਠਾ ਜਵਾਬ ਹੈ ਤਾਂ ਠਾ ਵਾ, ਕੀ ਲੈਣਾ, ਠੇਠ ਪੰਜਾਬੀ ਵਾਲੇ। ਔਰ ਮੈਨੂੰ, ਮੈਂ ਪਰਿਵਾਰ ਨਾਲ ਪਹਿਲੀ ਵਾਰੀ ਵੇਖੀ ਅਤੇ ਮੇਰੀ ਬੇਟੀ ਬੇਟਾ ਸੀ, ਉਹ ਕਹਿੰਦੇ ਪਾਪਾ ਪਹਿਲੀ ਵਾਰੀ ਨਹੀਂ ਮਜ਼ਾ ਆਉਣਾ ਇਹਦਾ, ਫਿਰ ਦੂਜੀ ਵਾਰੀ ਵੇਖ, ਫਿਰ ਦੂਜੀ ਵਾਰੀ ਵੀ ਵੇਖੀ ਉਹਨਾਂ ਨੇ, ਅਤੇ ਇਹ ਫਿਲਮ ਦੀ ਸਫਲਤਾ ਹੀ ਆ। ਅਤੇ ਮੈਂ ਬੇਟੇ ਨੂੰ ਪੁੱਛਿਆ, ਉਹਨੇ ਉੱਥੇ ਪ੍ਰੈਸ ਵਾਲੇ ਸੀ ਜਦੋਂ ਬਾਹਰ ਨਿਕਲੇ, ਅਤੇ ਬੇਟਾ ਛੋਟਾ 7th-7th 'ਚ ਪੜ੍ਹਦਾ, ਉਹਨੂੰ ਉਹਨਾਂ ਨੇ ਪ੍ਰੈਸ ਵਾਲਿਆਂ ਨੇ ਪੁੱਛਿਆ ਵੀ ਤੁਹਾਨੂੰ ਕਿਹੜਾ ਸਭ ਤੋਂ ਵਧੀਆ ਡਾਇਲੋਗ, ਕਿਹੋ ਜਿਹੀ ਫਿਲਮ ਲੱਗੀ? ਕਹਿੰਦਾ ਚੰਗੀ ਲੱਗੀ, ਅਤੇ ਡਾਇਲੋਗ ਕਿਹੜਾ ਵਧੀਆ ਲੱਗਾ? ਮੈਂ ਵੀ ਇੰਨਾ, ਮੈਂ ਫਿਲਮ 'ਚ ਤਾਂ ਨੋਟ ਕੀਤਾ ਸੀ, ਪਰ ਉਹਨੇ ਜਿਹੜਾ ਉਹਨਾਂ ਨੂੰ ਡਾਇਲੋਗ ਸੁਣਾਇਆ, ਅਤੇ ਉਸ ਤੋਂ ਮੈਨੂੰ ਉਹਦੀ ਲਿਆਕਤ 'ਤੇ ਪਰਮਾਤਮਾ ਦਾ ਸ਼ੁਕਰ ਕਰਨਾ ਆਇਆ। ਉਹਨੇ ਕਿਹਾ ਕਿ ਮੈਨੂੰ ਉਹ ਡਾਇਲੋਗ ਬਹੁਤ ਵਧੀਆ ਲੱਗਾ ਜਿੱਥੇ ਉਹ ਕੁੱਕਰ ਨੂੰ ਗੋਲੀ ਮਾਰਦਾ, ਬੱਬੂ ਮਾਨ ਸੁੱਚਾ ਸੂਰਮਾ, ਅਤੇ ਉਹ ਕਹਿੰਦੇ ਆ ਕਿ ਜਿੰਨੇ ਤੇਰੇ ਨਾਲ ਖੜਨਾ ਸੀ ਉਹ ਤੇਰੀ ਹਿੱਕ 'ਤੇ ਖੜਾ, ਅਤੇ ਉਹ ਮੈਨੂੰ ਗੱਲ ਬੜੀ ਸੋਹਣੀ ਲੱਗੀ ਕਿ ਇਹ ਬੱਚੇ ਤੋਂ ਮੈਨੂੰ ਉਮੀਦ ਵੱਧ ਗਈ। ਮਤਲਬ ਉਹਨੇ ਚੰਗੀ ਚੀਜ਼ ਨੂੰ ਨੋਟ ਕੀਤਾ ਔਰ ਨੋ ਡਾਊਟ ਯਾਰੀ ਨੂੰ ਨੋਟ ਕੀਤਾ, ਜਿਹਨੇ ਤੇਰੇ ਨਾਲ ਖੜਨਾ ਸੀ, ਜਿਹਨੇ ਨਾਲ ਦੇ ਸੀ ਉਹ ਸਾਰੇ ਭੱਜ ਜਾਂਦੇ ਆ, ਔਰ ਜਿਹਨੇ ਨਾਲ ਖੜਨਾ ਸੀ ਉਹ ਹਿੱਕ ਦੇ ਉੱਪਰ ਪੈਰ ਰੱਖ ਕੇ ਖੜਾ ਹੁੰਦਾ ਹੈ ਨਾ। ਔਰ ਤੁਹਾਡੀ ਸ਼ੁਕਰਾਨਾ ਫਿਲਮ ਜਿਹੜੀ ਹੈ ਉਹ ਵੀ ਆਈ ਹੈ, ਉਸ ਦੇ ਵਿੱਚ ਵੀ ਕੰਮ ਕੀਤਾ ਤੁਸੀਂ, ਔਰ ਉਹਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਨਹੀਂ, ਉਹਦਾ ਵੀ ਉਹ ਸਿਮਰਜੀਤ ਭਾਅ ਜੀ ਦੀ ਫਿਲਮ ਹੈ। ਮੈਂ ਪਹਿਲਾਂ ਅੰਗਰੇਜ਼ ਜਿਹੜੀ ਸਭ ਤੋਂ ਵਧੀਆ ਪੰਜਾਬੀ ਦੀ ਫਿਲਮ ਗਿਣੀ ਜਾਂਦੀ ਹੈ, ਉਹ ਵੀ ਕਲਚਰਡ ਫਿਲਮ ਸੀ, ਅਤੇ ਉਹਦੇ 'ਚ ਮੈਂ ਐਜ਼ ਏ ਕਾਸਟਿੰਗ ਡਾਇਰੈਕਟਰ ਜੁੜਿਆ ਸਾਂ, ਅਤੇ ਉਹ ਕਾਫੀ ਸਾਰੀ ਟੀਮ ਆ। ਅੰਮ੍ਰਿਤ ਮਾਨ ਜੀ ਨਾਲ ਮੈਂ 2-5 ਹੁਣੇ ਆ, ਕੇਬਲ 1 'ਤੇ ਰਿਲੀਜ਼ ਹੋਈ ਹੈ, ਦੁਬਾਰਾ ਰੀ ਰਿਲੀਜ਼ ਹੋਈ ਆ, ਉਹ ਕੀਤੀ ਸੀ।
ਅਤੇ ਜਸ ਬਾਜਵਾ ਜੀ ਨਾਲ ਮੈਂ ਸਰਪੰਚੀ ਕੀਤੀ ਸੀ ਮੇਰੀ ਚੌਪਾਲ 'ਤੇ, ਉਹ ਵੀ ਕਾਫੀ ਚੱਲੀ ਸਰਪੰਚੀ, ਅਤੇ ਉਹ ਫਿਰ ਟੀਮ ਸਾਰੀ ਬੜੀ ਪਿਆਰ ਵਾਲੀ ਸੀ ਅਤੇ ਉੱਥੇ ਵੀ ਮਤਲਬ ਬਹੁਤ ਮਜ਼ਾ ਆਇਆ। ਉਹ ਵੀ ਇੱਕ ਪੁਰਾਤਨ ਇੱਕ ਡਿਫਰੈਂਟ ਤਰ੍ਹਾਂ ਦੀ ਸਟੋਰੀ ਹੈ ਸ਼ੁਕਰਾਨਾ, ਅਤੇ ਕੁੜੀ ਦਾ ਹਸਬੈਂਡ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹਨੂੰ ਕਿਵੇਂ ਉਹਦੇ ਛੋਟੇ ਭਰਾ ਨਾਲ ਬਹਿਣਾ ਪੈਂਦਾ, ਅਤੇ ਉਸ ਤਰੀਕੇ ਦੀ ਇੱਕ ਬੜੀ ਇਮੋਸ਼ਨਲ ਕਹਾਣੀ ਹੈ ਪਰਿਵਾਰਿਕ ਰਿਸ਼ਤੇ ਨੂੰ ਲੈ ਕੇ, ਉਹ ਵੀ ਵੇਖਣ ਵਾਲੀ ਫਿਲਮ ਹੈ ਅਤੇ ਉਹਦਾ ਵੀ ਬਹੁਤ ਮਜ਼ਾ ਆਇਆ। ਸਾਰੀ ਟੀਮ ਪਰਿਵਾਰ ਵਾਂਗੂ ਰਹਿੰਦੇ ਸੀ, ਮਜ਼ਾ ਲੈਂਦੇ ਸੀ। ਨਹੀਂ ਬਹੁਤ ਅੱਛੀ ਗੱਲ ਹੈ। ਔਰ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗੀ ਕਿ ਐਜ਼ ਅ ਪ੍ਰੋਫੈਸ਼ਨ ਤੁਸੀਂ ਪਟਵਾਰੀ ਹੋ, ਹੈ ਨਾ, ਅਤੇ ਇਹ ਫਿਲਮਾਂ ਦੇ ਵਿੱਚ ਕਿੱਦਾਂ ਆਉਣਾ ਹੋਇਆ? ਕੀ ਸੰਜੋਗ ਬਣਿਆ ਜਾਂ ਸ਼ੌਂਕ ਸੀ ਜਾਂ ਸਬਾਬੀ ਇੱਦਾਂ ਦਾ ਬਣਿਆ ਕਿ ਚਲੋ ਸੋਚਿਆ ਕਿ ਕਰ ਲੈਂਦੇ ਹਾਂ? ਨਹੀਂ 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 ਨਹੀਂ, ਮੈਂ ਪਹਿਲਾਂ ਹੀ ਕਲਾਕਾਰ ਸਾਂ ਅਤੇ ਮੈਂ 89 ਦੇ ਵਿੱਚ ਇੱਕ ਸਾਡੇ ਅੰਮ੍ਰਿਤਸਰ ਦੇ ਵਿੱਚ ਧਰਤੀ ਦੀ ਰੂਹ ਪੰਜਾਬ ਇੱਕ ਆਇਆ ਸੀ ਲਾਈਟ ਐਂਡ ਸਾਊਂਡ ਸ਼ੋਅ, ਰੋਸ਼ਨੀ ਅਤੇ ਆਵਾਜ਼ 'ਤੇ ਅਧਾਰਿਤ। ਉਹਦੇ ਵਿੱਚ ਜਿੰਨੇ ਵੀ ਅੰਮ੍ਰਿਤਸਰ ਦੇ ਅੱਜ ਅਸਟੈਬਲਿਸ਼ਡ ਥੀਏਟਰ ਜਾਂ ਫਿਲਮ ਐਕਟਰਸ ਨੇ ਉਹ ਸਾਰੇ ਉਹਦੇ ਵਿੱਚ ਸੀ, ਅਤੇ ਮੈਂ ਵੀ ਇੱਕ ਸੁਲਤਾਨ ਵਿੰਡੋ ਪਿੰਡੋਂ ਉੱਠ ਕੇ ਅਤੇ ਮੈਂ ਅਪਲਾਈ ਕਰਤਾ ਸੀ ਉਦੋਂ, ਅਤੇ ਉਹ ਸਿਲੈਕਟ ਹੋ ਗਿਆ। ਉਹਨਾਂ ਨੇ ਆਡੀਸ਼ਨ ਲਈ ਸੀ, ਸਿਲੈਕਟ ਹੋ ਗਿਆ, ਅਤੇ ਫਿਰ ਮੈਂ ਇਹ 89 ਦੀ ਗੱਲ ਹੈ, ਅਤੇ ਉਹ ਨਾਲ 50 ਰੁਪਏ ਦਿਹਾੜੀ ਵੀ ਦਿੰਦੇ ਸੀ 99 ਦੇ ਵਿੱਚ, ਅਤੇ ਸਾਨੂੰ 50 ਉਹ ਕੈਜੁਅਲ ਆਰਟਿਸਟ ਦੀ ਫੀਸ ਹੁੰਦੀ ਸੀ, ਅਤੇ ਉਹ 50 ਰੁਪਏ ਰੋਜ਼ ਦੇ ਮਿਲਣੇ, ਨਾਲੇ ਆਨੰਦ ਮਿਲਣਾ, ਨਾਲੇ ਵੱਖ ਵੱਖ ਸਟੇਜਾਂ ਉੱਤੇ 8-10 ਸਟੇਜਾਂ ਲੱਗਦੀਆਂ ਨੇ, ਉਹਦੇ ਵਿੱਚ ਹੀ ਸਿੱਖਣ ਲਈ ਵੀ ਬਹੁਤ ਕੁਛ ਸੀ। ਉਹ 'ਚ ਹੀਰ ਰਾਂਝੇ ਦਾ ਕਿੱਸਾ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੁੰਦਾ ਸੀ, ਹਾਂਜੀ, ਅਤੇ ਉਹ ਸਾਰਾ ਫੋਕ ਕਲਚਰ ਗਾਣੇ ਉਹਦੇ 'ਚ ਸਾਰਾ ਕੁਛ ਸੀ। ਉਹ ਅਣਜਾਣਪੁਣੇ 'ਚ ਉਹਨੇ ਮਤਲਬ ਲਗਨ ਵੀ ਉਹਨੇ ਲਾਈ ਔਰ ਸਵਾਦ ਵੀ ਉਹਨੇ ਦਿੱਤਾ, ਪ੍ਰੋਫੈਸ਼ਨ ਵੀ ਉਹਨੇ ਬਣਾਇਆ। ਉਹਦੇ 'ਚ ਘੁੱਗੀ ਭਾਅ ਜੀ ਵੀ ਜਲੰਧਰੋਂ ਆਉਂਦੇ ਹੁੰਦੇ ਸੀ, ਉਹ ਸਾਡੀ ਦੋਸਤੀ ਵੀ ਉੱਥੋਂ ਤੋਂ ਬਣ ਗਈ, ਅਤੇ ਫਿਰ ਉਹ ਲੁਧਿਆਣੇ ਵੀ ਹੋਇਆ ਉਹੀ ਸ਼ੋਅ, ਲੁਧਿਆਣੇ ਵੀ ਉੱਥੇ ਅਸੀਂ ਇਕੱਠੇ ਰਹੇ, ਅਤੇ ਉਹ ਜਲੰਧਰੋਂ ਜਾਂਦੇ ਹੁੰਦੇ ਸੀ, ਮੈਂ ਅੰਮ੍ਰਿਤਸਰੋਂ ਜਾਂਦਾ, ਅਤੇ ਫਿਰ ਕਾਫੀ ਯਾਰੀ ਵੀ ਵੱਧਦੀ ਗਈ, ਕਲਾਕਾਰੀ ਵੀ ਵੱਧਦੀ ਗਈ। ਫਿਰ 89 ਤੋਂ ਫਿਰ 90 ਦੇ ਵਿੱਚ ਮੈਂ ਅੰਮ੍ਰਿਤਸਰ ਥੀਏਟਰ ਗਰੁੱਪ ਜੁਆਇਨ ਕਰ ਲਿਆ ਸੀ, ਮੰਚ ਰੰਗ ਮੰਚ ਕੇਵਲ ਭਾਅ ਜੀ ਦੇ ਨਾਲ, ਫਿਰ ਪ੍ਰੋਫੈਸ਼ਨਲੀ ਕੰਮ ਸ਼ੁਰੂ ਕਰਤਾ, ਅਤੇ ਪਟਵਾਰ 'ਤੇ ਮੈਂ 92 'ਚ ਜਾ ਕੇ ਕੀਤੀ ਆ, ਠੀਕ, ਅਤੇ ਫਿਰ ਮੈਂ ਕਿਹਾ ਵੀ ਜਿਹੜਾ ਪਹਿਲਾ ਸ਼ੌਂਕ ਹੈ ਉਹਨੂੰ ਨਹੀਂ ਛੱਡਣਾ, ਅਤੇ ਉਹ ਨਾਲ ਨਾਲ ਮੈਂ ਉਹ ਵੀ ਕਰਦਾ ਰਿਹਾ। ਉਹ ਇੰਨਾ ਕੁ ਪੱਕ ਗਿਆ ਵੀ ਡਿਊਟੀ ਵਾਲਿਆਂ ਨੇ ਵੀ ਮੈਨੂੰ ਮਤਲਬ, ਕਿਉਂਕਿ ਮੈਂ ਅਵੇਅਰਨੈਸ ਦੇ ਨੁੱਕੜ ਨਾਟਕ ਵੀ ਡਿਪਾਰਟਮੈਂਟ ਦੇ ਵੱਲੋਂ ਕਰਦਾ ਰਿਹਾ ਡੀਸੀ ਸਾਹਿਬ ਅੰਮ੍ਰਿਤਸਰ ਦੇ ਵੱਲੋਂ, ਅਤੇ ਉਹਨਾਂ ਨੂੰ ਫਿਰ ਪਤਾ ਲੱਗ ਗਿਆ ਕਿ ਇਹ ਐਕਟਰ ਹੈ ਅਤੇ ਚੰਗੇ ਕੰਮ ਵੀ ਕਰਦਾ, ਅਤੇ ਪਰ ਨੌਕਰੀ 'ਚ ਵੀ ਮੈਂ ਕਦੇ ਕੋਈ ਕਤਾਹੀ ਨਹੀਂ ਕੀਤੀ, ਨਾ ਮੇਰੇ 'ਤੇ ਕੋਈ ਇਲਜ਼ਾਮ ਦੋਸ਼ ਹੈ, ਮੈਂ ਆਪਣਾ ਕੰਮ ਨਹੀਂ ਕਦੇ ਰੁਕਣ ਦਿੱਤਾ, ਜਿੰਨਾ ਪਿਆਰ ਨੌਕਰੀ ਨੂੰ ਉਨਾ ਪਿਆਰ ਕਲਾ ਨੂੰ, ਠੀਕ ਹੈ। ਅਤੇ ਇੱਦਾਂ ਛੁੱਟੀਆਂ ਲੈਂਦੇ ਹਾਂ ਤਾਂ ਫਿਰ ਇੱਦਾਂ ਪ੍ਰੋਬਲਮ ਤਾਂ ਨਹੀਂ ਆਉਂਦੀ ਕੋਈ? ਨਹੀਂ, ਛੁੱਟੀਆਂ ਲੈ ਵੀ ਲਈਦੀਆਂ ਵਾ, ਮੈਂ ਬਿਜ਼ਨਸ ਲਈ ਵੀ ਲਈ 3 ਸਾਲਾਂ ਦੀ, ਮੈਂ ਕੰਮ ਕਰਨਾ, ਉਹਦੇ 'ਚ ਹੁੰਦਾ ਇੱਕ ਆਪਸ਼ਨ ਹੁੰਦਾ, ਹੁਣ ਬੰਦ ਹੋ ਗਿਆ ਵੈਸੇ ਵੀ, ਅਤੇ 3 ਸਾਲਾਂ 'ਚ ਤੁਸੀਂ ਕਿਸੇ ਵੀ ਬਿਜ਼ਨਸ ਸੈੱਟ ਕਰਨਾ ਚਾਹੁੰਦੇ ਹੋ ਹੁੰਦਾ, ਠੀਕ ਹੈ, ਨਹੀਂ ਤਾਂ ਫਿਰ ਰੀਜੁਆਇਨ ਕਰ ਲਿਓ। ਫਿਰ ਮੈਨੂੰ ਲੱਗਾ ਵੀ ਨਹੀਂ ਇਹ ਨੌਕਰੀ ਤੋਂ ਬਿਨਾਂ ਦਾਲ ਨਹੀਂ ਕਰਨੀ, ਕਿਉਂਕਿ ਇਹ ਕੰਮ ਕਦੇ ਕਦੇ ਦਾ ਵਾ, ਜਦੋਂ ਚੱਲ ਜੋ ਨਾ ਹੋ ਜੇ ਤਾਂ ਫਿਰ ਤਾਂ ਚਲੋ ਰੋਟੀ ਚੱਲਦੀ ਰਹਿੰਦੀ ਹੈ, ਫਿਰ ਤਾਂ ਬੰਦੇ ਨੂੰ ਵਾਰੇ ਨਿਆਰੇ ਹੋ ਜਾਂਦੇ ਆ, ਪਰ ਜਦੋਂ ਤੁਹਾਡਾ ਨਾ ਉਦੋਂ ਤੱਕ ਉਸ ਮੁਕਾਮ ਤੱਕ ਨਹੀਂ ਪਹੁੰਚਦਾ ਉਦੋਂ ਤੱਕ ਤੁਹਾਨੂੰ ਔਖਾ ਹੁੰਦਾ, ਬੱਜੀ ਤਨਖਾਹ ਆਉਣੀ ਉਹਦੇ ਨਾਲ ਸਿਰਫ ਇੰਨਾ ਕਿ ਘਰ ਚੱਲਦਾ ਰਹਿੰਦਾ, ਰੋਲਿੰਗ ਚੱਲਦੀ ਹੈ, ਅਤੇ ਉਹਦੇ ਲਈ ਨੌਕਰੀ ਬਹੁਤ ਜ਼ਰੂਰੀ। ਅਤੇ ਮੈਂ ਜਿੰਨੇ ਵੀ ਥੀਏਟਰ ਦੇ ਆਰਟਿਸਟ ਹੈ ਜਾਂ ਫਿਲਮ ਆਰਟਿਸਟ ਜਾਂ ਇਸ ਲਾਈਨ, ਉਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹੂੰਗਾ ਆਪਣਾ ਸਾਈਡ ਬਾਏ ਪੱਕਾ ਰੁਜ਼ਗਾਰ ਜ਼ਰੂਰ ਰੱਖੋ, ਇਹਨੂੰ ਸ਼ੌਂਕ ਰੱਖੋ। ਔਰ ਤੁਸੀਂ ਬੋਂਬੇ ਵੀ ਗਏ ਸੀ, ਹੈ ਨਾ,
ਔਰ ਉੱਥੇ ਦਾ ਸਫ਼ਰ ਕਿੱਦਾਂ ਰਿਹਾ, ਔਰ ਪਹਿਲਾ ਨਾਟਕ ਜਿਹੜਾ ਸੀ ਜਾਂ ਕੋਈ ਪਹਿਲੀ ਫਿਲਮ ਸੀ ਉਹ ਕਿਹੜੀ ਕੀਤੀ ਸੀ? ਮੇਰੀ ਪਹਿਲੀ ਫਿਲਮ ਤਾਂ ਅੰਮ੍ਰਿਤਸਰ ਤੋਂ ਹੀ ਹੋਈ ਸੀ। ਇੱਥੇ ਕੇਵਲ ਧਾਲੀਵਾਲ ਜੀ ਦਾ NSD ਤੋਂ ਦੋਸਤ ਸੀ, ਕਿਉਂਕਿ ਇਹ ਵੀ NSD ਤੋਂ ਪਾਸ ਆਊਟ ਨੇ। ਪ੍ਰਿਤੋਸ਼ ਸੈਂਡ, ਉਹ ਆਏ ਸੀ ਇੱਥੇ ਅੰਮ੍ਰਿਤਸਰ ਅਤੇ ਉਹਨਾਂ ਨੇ ਕਾਸਟਿੰਗ ਕਰਨੀ ਸੀ। ਉਦੋਂ ਫਿਲਮ ਟ੍ਰੇਨ ਟੂ ਪਾਕਿਸਤਾਨ ਸੀ ਖੁਸ਼ਵੰਤ ਸਿੰਘ ਜੀ ਦੇ ਨਾਮ ਜੀ, ਅਤੇ ਉਹਨਾਂ ਦੀ ਹਾਲੀਵੁੱਡ ਦੀ ਇੰਡੀਆ ਦੀ ਡਾਇਰੈਕਟਰ ਸੀ ਪਾਮੇਲਾ ਰੁਕਸ, ਅਤੇ ਉਹਨਾਂ ਨੇ ਉਹ ਫਿਲਮ ਡਾਇਰੈਕਟ ਕਰਨੀ ਸੀ। ਅਤੇ ਉਹਨਾਂ ਨੇ ਆਡੀਸ਼ਨ ਕਰਾਈ ਅਤੇ ਮੇਰਾ ਉਹਦੇ 'ਚ ਜਿਹੜਾ ਮੇਨ ਵਿਲਨ ਸੀ ਪ੍ਰਿਤੋਸ਼ ਸੈਂਡ ਸੀ ਕਪੂਰਾ, ਉਹਦੇ 'ਚ ਮੇਰਾ ਉਹਦਾ ਰਾਈਟ ਹੈਂਡ ਦਾ ਰੋਲ ਮਿਲ ਗਿਆ। ਅਤੇ ਉੱਥੋਂ ਮੇਰੀ ਸ਼ੁਰੂਆਤ ਹੋਈ। ਵਧੀਆ ਕਾਫੀ ਦਿਨ ਦਾ ਕੰਮ ਸੀ, ਰੋਲ ਵੀ ਅੱਛਾ ਸੀ, 97 ਦੀ ਗੱਲ ਹੈ। ਅਤੇ ਫਿਰ ਚੱਲ ਸੋ ਚੱਲ ਥੀਏਟਰ 'ਤੇ ਮੈਂ ਕਰ ਹੀ ਰਿਹਾ ਸਾਂ। ਫਿਰ ਉੱਥੋਂ ਹੀ ਕਿਸੇ ਨੇ ਚੰਗੇ ਨੇ ਸਲਾਹ ਦਿੱਤੀ, ਯਾਰ ਤੂੰ ਇੱਥੇ ਕੀ ਕਰਦਾ, ਤੈਨੂੰ ਤਾਂ ਬੰਬੇ ਆਉਣਾ ਚਾਹੀਦਾ, ਬੰਬੇ ਤੇਰੇ ਲਈ ਬਹੁਤ ਕੰਮ ਹੈ, ਕਿਉਂਕਿ ਤੇਰਾ ਕੱਦ ਕਾਠ ਹੈ, ਵੱਖਰੀ ਸ਼ਕਲ ਹੈ, ਲੋਕਾਂ 'ਚੋਂ ਅੱਡ ਦਿਸਦਾ, ਐਕਟਰ ਵੀ ਠੀਕ ਹੈ। ਅਤੇ ਫਿਰ ਮੈਂ ਮਤਲਬ ਬਾਅਦ 'ਚ ਲੀਵ ਲੈ ਕੇ ਅਤੇ ਬੰਬੇ ਚਲਾ ਗਿਆ, ਅਤੇ ਫਿਰ ਬਿਜ਼ਨਸ ਲੀਵ ਲੈ ਲਈ। ਫਿਰ ਉੱਥੇ ਮੇਰਾ ਤਜ਼ਰਬਾ ਵਧੀਆ ਰਿਹਾ। ਬੰਬੇ ਜਾ ਕੇ ਪਹਿਲਾ ਸੀਰੀਅਲ ਮੈਂ ਜੈ ਹਨੂੰਮਾਨ ਕੀਤਾ। ਜੈ ਹਨੂੰਮਾਨ ਤੋਂ ਵਿੱਚ ਮੈਂ ਪਹਿਲਾਂ ਰਾਕਸ਼ਸ਼ ਦਾ ਰੋਲ ਕੀਤਾ, ਹਫ਼ਤੇ ਦਾ ਉਹ ਕੰਮ ਸੀ। ਉੱਤੇ ਮਾਸਕ ਵਗੈਰਾ ਉਹਨਾਂ ਨੇ ਮੇਕਅਪ ਕੀਤਾ ਹੁੰਦਾ, ਮੇਕਅਪ ਤੋਂ ਬਾਅਦ ਉਸੇ ਡਾਇਰੈਕਟਰ ਨੇ ਕਿਹਾ ਕਿ ਯਾਰ ਇਹਦੇ 'ਚ ਇਹ ਹੈ ਕਿ ਤੂੰ ਸ਼ੇਵ ਕਰਕੇ ਤਾਂ ਕਰ ਸਕਦਾ, ਅਤੇ ਇਹ ਹੈ ਤੂੰ। ਮੈਂ ਫਿਰ ਭੈਰੋਨਾਥ ਜੀ ਦਾ ਰੋਲ ਕੀਤਾ। ਫਿਰ ਉੱਥੋਂ ਹੀ ਮੈਨੂੰ ਉੱਥੋਂ ਦੇ ਕੋਈ ADC AD ਨੇ ਮੇਰੀਆਂ, ਇੱਕ ਰਾਮਗੋਪਾਲ ਵਰਮਾ ਜੀ ਦੀ ਜੰਗਲ ਫਿਲਮ ਬਣ ਰਹੀ ਸੀ, ਉਹਨਾਂ ਨੇ ਉੱਧਰ ਪ੍ਰਮੋਟ ਕਰਤਾ, ਉਹਦੇ ਮੇਰੀਆਂ ਫੋਟੋਆਂ ਭੇਜੀਆਂ, ਉਹਨਾਂ ਨੇ ਕਿਹਾ ਵੀ ਆਡੀਸ਼ਨ ਕਰਾਓ। ਆਡੀਸ਼ਨ ਕਰਵਾਈ ਤਾਂ ਮੈਂ ਉਹਦੇ 'ਚ ਵੀ ਸਿਲੈਕਟ ਹੋ ਗਿਆ ਜੰਗਲ 'ਚ। ਜੰਗਲ 'ਚ ਉਦੋਂ ਫਰਦੀਨ ਖਾਨ, ਕਸ਼ਮੀਰ ਕਸ਼ਮੀਰ ਸ਼ਾਹ ਦਾ ਸੀ ਉਹ 'ਚ ਸ਼ੁਰੂਆਤ ਹੀ ਮੇਰੇ ਦਿੰਦੇ ਹੋਏ ਮਕਨਾ ਗਾਣੇ 'ਚ ਹੀ ਉਹਨਾਂ ਨੇ ਨਾਮ ਮਕਨਾ ਰੱਖਿਆ। ਉਰਮਿਲਾ ਮਾਤੋਂਡਕਰ ਸੀ, ਫਿਰ ਰਾਜਪਾਲ ਯਾਦਵ ਦੀ ਪਹਿਲੀ ਫਿਲਮ ਸੀ, ਨਵਾਜ਼ੂ ਦੀਨ ਦੀ ਪਹਿਲੀ ਫਿਲਮ ਸੀ, ਵਿਜੇ ਰਾਜ ਦੀ, ਜਿੱਥੋਂ ਸਾਰੇ ਬਣੇ ਤੇ ਉਹ ਫਿਲਮ ਯਾਦਗਾਰੀ ਫਿਲਮ ਸੀ। ਫਿਰ ਚੱਲ ਸੋ ਚੱਲ ਚੱਲਦਾ ਰਿਹਾ ਸਿਲਸਿਲਾ। ਤੇ ਅੱਜ ਤੱਕ ਕਿੰਨੇ ਕੁ ਪ੍ਰੋਜੈਕਟ ਕਰ ਲਏ ਔਰ ਕਿੰਨੀਆਂ ਕੁ ਫਿਲਮਾਂ ਤੇ ਨਾਟਕ ਜਿਹੜੇ ਉਹ ਕਰ ਲਏ ਆ? ਮੇਰੀ 30-40 ਹਿੰਦੀ ਫਿਲਮਾਂ ਹੋਣੀਆਂ, ਤੇ ਛੋਟੇ ਮੋਟੇ ਰੋਲਾਂ ਤੋਂ ਲੈ ਕੇ ਠੀਕ ਠਾਕ ਰੋਲਾਂ ਤੱਕ। ਦੋ ਮੇਰੀਆਂ ਹਾਲੀਵੁੱਡ ਦੀਆਂ ਫਿਲਮਾਂ ਵਾ, ਡੱਚ ਫਿਲਮ ਹੈ ਇੱਕ, ਜ਼ੂਪ ਇਨ ਇੰਡੀਆ, ਤੇ ਇੱਕ ਮੈਂਗੋ ਡ੍ਰੀਮਸ। ਤੇ 30-40 ਦੇ ਕਰੀਬ ਪੰਜਾਬੀ ਫਿਲਮਾਂ ਹੋਣੀਆਂ, ਕਈ ਸੀਰੀਅਲ, ਕਈ ਕਾਫੀ ਕੁਛ ਛੋਟਾ ਪੋਟਾ ਕਰਦੇ ਰਹੇ। ਤੇ ਸਭ ਤੋਂ ਯਾਦਗਾਰ ਰੋਲ ਜਿਹੜਾ ਉਹ ਕਿਹੜਾ ਰਿਹਾ ਕਿ ਜਿਹਨੂੰ ਕਰਕੇ ਲੱਗਾ ਕਿ ਹਾਂ ਬਈ ਇੱਦਾਂ ਦਾ ਮੈਂ ਕਰਨਾ ਸੀ ਤੇ ਅੱਜ ਮਜ਼ਾ ਆ ਗਿਆ ਕਰਕੇ? ਨਹੀਂ, ਉਹ ਅਜੇ ਆਉਣਾ, ਉਹ ਮੈਂ ਦੱਸ ਨਹੀਂ ਸਕਦਾ, ਅਜੇ ਕਰਨਾ ਵਾ। ਜਿਹੜੇ ਮੇਰੇ ਲਈ ਬਚੇ ਹੋਏ ਰੋਲ ਹੈ ਉਹ ਅਜੇ ਮੇਰੀ ਉਨੀ ਔਕਾਤ ਨਹੀਂ ਹੈ, ਤੇ ਉਹ ਔਕਾਤ ਤੱਕ ਮੈਂ ਲਗਭਗ ਪਹੁੰਚ ਚੱਲਿਆ ਜਿੱਥੋਂ ਮੈਂ ਦਿਖਾ ਸਕਦਾ ਦੁਨੀਆਂ ਨੂੰ ਕਿ ਮੈਂ ਐਕਟਰ ਹਾਂ ਅਤੇ ਮੈਂ ਇਸ ਤਰ੍ਹਾਂ ਦਾ ਐਕਟਰ ਹਾਂ। ਅਤੇ ਜੇ ਤਾਂ ਮਹਾਰਾਜ ਨੇ ਸਾਥ ਦਿੱਤਾ, ਸਾ ਰਹੇ, ਤਾਂ ਜ਼ਰੂਰ ਕਰੂੰਗਾ ਅਤੇ ਫਿਰ ਤੁਹਾਨੂੰ ਦੱਸੂੰਗਾ। ਨਹੀਂ ਜ਼ਰੂਰ, ਅਸੀਂ ਫਿਰ ਤੁਹਾਨੂੰ ਦੁਬਾਰਾ ਬੁਲਾਵਾਂਗੇ ਔਰ ਫਿਰ ਉਹਦੇ ਉੱਪਰ ਚਰਚਾ ਕਰਾਂਗੇ ਬਕਾਇਦਾ, ਹੈ ਨਾ? ਔਰ ਇੱਦਾਂ ਵੀ ਕਦੀ ਲੱਗਿਆ ਕਿ ਯਾਰ ਮੈਂ ਆ ਕਰਨਾ ਤਾਂ ਹੈ ਨਹੀਂ ਸੀ ਪਰ ਯਾਰੀ ਦੋਸਤੀ ਕਰਕੇ ਮੈਨੂੰ ਇਹ ਰੋਲ ਕਰਨਾ ਪੈਣਾ? ਨਹੀਂ, ਉਹ ਬਹੁਤ ਸਾਰੇ ਯਾਰੀ ਦੋਸਤੀ ਵੀ ਹੁੰਦੀ ਆ, ਘਰ ਦੀ ਲੋੜ ਵੀ ਹੁੰਦੀ ਆ, ਆਪਣੀ ਲੋੜ ਵੀ ਹੁੰਦੀ ਆ। ਵਿਹਲੇ ਬੈਠੇ ਤੁਹਾਨੂੰ ਜਦੋਂ ਇਹ ਸੋਚਦੇ ਵੀ ਯਾਰ ਚੱਲ ਕੁਛ ਨਹੀਂ ਹੈਗਾ ਤੇ ਕੁਛ ਤੇ ਸਹੀ ਤੇ ਘਰ ਬੈਠੇ ਵੀ ਕੀ ਕਰਨਾ ਵਾ, ਤੇ ਉਹ ਫਿਰ ਕਈ ਵਾਰ ਇਹੋ ਜਿਹੇ ਕੰਮ ਕਰਨੇ ਪੈਂਦੇ ਆ। ਤੁਹਾਨੂੰ ਕਹਿੰਦਾ ਜਦੋਂ ਤੱਕ ਨਾ ਨਹੀਂ ਬਣਦਾ ਉਦੋਂ ਤੱਕ ਤੁਸੀਂ ਚੂਜ਼ ਹੀ ਨਹੀਂ ਹੋ ਸਕਦੇ, ਉਦੋਂ ਤੁਸੀਂ ਚੁਣ ਕੇ ਸਕ੍ਰਿਪਟ ਨਹੀਂ ਲੈ ਸਕਦੇ, ਨਾ ਹੀ ਤੁਹਾਨੂੰ ਕਿਸੇ ਨੇ ਦੇਣਾ ਹੁੰਦਾ। ਤੇ ਹੁਣ ਉਹ ਸਮਾਂ ਆ ਗਿਆ, ਹੁਣ ਚੁਣ ਸਕਦਾ ਮੈਂ, ਹੁਣ ਭੁੱਖ ਵੀ ਘੱਟ ਸਕਦਾ ਕਿਉਂਕਿ ਹੁਣ ਮੈਂ ਉਸ ਲੈਵਲ ਤੇ ਆ। ਠੀਕ ਹੈ, ਤੇ ਘਰਦਿਆਂ ਨੇ ਨਹੀਂ ਕਦੀ ਕਿਹਾ ਸੀ ਮੰਮੀ ਡੈਡੀ ਨੇ ਵੀ ਆ ਕਿਹੜੇ ਕੰਮਾਂ ਚ ਪੈ ਗਈਆਂ? ਨਹੀਂ, ਕਿਸੇ ਨੇ ਵੀ ਨਹੀਂ ਕਿਹਾ ਮੈਨੂੰ।
ਕਿਉਂਕਿ ਮੈਂ ਨਿਰਾਸ਼ਾ ਕਦੇ ਨਹੀਂ ਆਉਣ ਦਿੱਤੀ ਜਾਂ ਹੋਣ ਦਿੱਤੀ, ਕਿਉਂਕਿ ਮੈਂ ਕੁਛ ਨਾ ਕੁਛ ਕਿਸੇ ਨਾ ਕਿਸੇ ਬੰਨੇ ਕਰਦਾ ਹੀ ਰਿਹਾ ਹਾਂ। ਜੇ ਮੈਂ ਵਿਹਲਾ ਹੁੰਦਾ ਹਾਂ ਤਾਂ ਮੈਂ ਫੋਟੋਗ੍ਰਾਫੀ ਕਰ ਲੈਂਦਾ, ਮੈਂ ਫੋਟੋਗ੍ਰਾਫੀ ਐਗਜੀਬਿਸ਼ਨਸ ਲਾਈਆਂ। ਮੇਰਾ ਪਹਿਲਾ ਸ਼ੌਂਕ ਸਿੰਗਰ ਬਣਨ ਦਾ ਹੀ ਸੀ, ਅਤੇ ਫਿਰ ਉਹ ਕਾਫੀ ਦੇਰ ਰਿਹਾ ਸਾਲ ਕੁ, ਅਤੇ ਫਿਰ ਮੈਂ ਪੇਂਟਿੰਗ ਵੱਲ ਆ ਗਿਆ 1984 'ਚ। ਫਿਰ ਮੈਂ ਪੇਂਟਿੰਗ ਕਰਦਾ ਰਿਹਾ, ਮੈਂ ਐਗਜੀਬਿਸ਼ਨਸ ਵੀ ਲਾਈਆਂ ਆਇਲ ਕਲਰ, ਵਾਟਰ ਕਲਰ, ਅਤੇ ਕਾਲਜ 'ਚ ਖਾਲਸਾ ਕਾਲਜ ਫਾਰ ਵੂਮੈਨ 'ਚ ਮੈਂ ਆਨਰੇਰੀ ਲੈਕਚਰਰ ਵੀ ਰਿਹਾ, ਅਤੇ ਫਿਰ ਮੈਂ ਬੰਬੇ ਵੀ ਚਲ ਗਿਆ। ਫਿਰ ਮਤਲਬ ਸ਼ੌਂਕ ਸਾਰੇ ਰੱਖੇ ਪਰ ਨਿਭਾਇਆ ਕੋਈ ਨਹੀਂ ਪੱਕੇ ਤੌਰ 'ਤੇ, ਪਰ ਇਹ ਨਿਭਰਿਆ ਵਾ ਅਤੇ ਨਿਭਰਿਆ, ਐਕਟਿੰਗ ਵਾਲਾ ਨਿਭਰਿਆ ਔਰ ਨਿਭੂਗਾ ਵੀ, ਮਤਲਬ ਪੂਰਾ ਹੈ ਦ੍ਰਿੜ ਨਿਸ਼ਚੈ ਕਿ ਨਹੀਂ ਕਰਨਾ ਹੈ। ਕਹਿੰਦੇ ਨਾ ਕਿ ਮੈਨੀਫੈਸਟ ਵੀ ਅਜੇ ਡਾਇਰੈਕਸ਼ਨ ਦਾ ਕੀੜਾ ਵਾ, ਉਹ ਪੂਰਾ ਹੋ ਸਕਦਾ ਸਾਲ ਡੇਢ ਸਾਲ ਦੇ ਅੰਦਰ ਸ਼ੁਰੂ ਕਰਦਾ। ਠੀਕ ਹੈ, ਤੇ ਉਦਾਂ ਕੀਤੀ ਵੀ ਹੈ ਡਾਇਰੈਕਸ਼ਨ ਪਹਿਲਾਂ? ਮੈਂ ਇੱਕ SGPC ਲਈ ਕਾਫੀ ਸਾਲ ਪਹਿਲਾਂ ਫਿਲਮ ਸ਼ੁਰੂ ਕੀਤੀ ਸੀ, ਬਣਾਈ ਸੀ, ਜਿਹੜੀ ਉਹਨਾਂ ਨੇ ਉਹਦੀਆਂ ਬਣਾ ਕੇ ਫ੍ਰੀ ਸੀਡੀਜ਼ ਵੀ ਵੰਡੀਆਂ, ਸ਼ਮਸ਼ੇਰ ਖਾਲਸਾ। ਅੱਛਾ ਜੀ। ਉਹ ਭਾਈ ਗਰਜਾ ਸਿੰਘ, ਭਾਈ ਬੋਤਾ ਸਿੰਘ ਦੀ ਕਹਾਣੀ 'ਤੇ ਸੀ ਸਾਰੀ ਜੀਵਨੀ 'ਤੇ, ਅਤੇ ਉਹ ਕਾਫੀ ਸਰਾਹੀ ਵੀ ਗਈ SGPC ਵੱਲੋਂ, ਅਤੇ ਫਿਰ ਜ਼ਿਆਦਾਤਰ ਧਿਆਨ ਇੱਧਰ ਕੇਂਦਰਿਤ ਹੋ ਗਿਆ ਐਕਟਿੰਗ ਵੱਲ। ਅਤੇ ਸੋ ਵੇਖੋ ਭਵਿੱਖ 'ਚ। ਅਤੇ ਵਾਈਫ ਨੇ ਜਾਂ ਬੱਚਿਆਂ ਨੇ ਕਦੀ ਕਿਹਾ ਕਿ ਆਹ ਕਿੱਦਾਂ ਦਾ ਰੋਲ ਕੀਤਾ, ਇਹ ਕਾਹਤੋਂ ਕੀਤਾ, ਇਹ ਤਾਂ ਸੋਹਣਾ ਨਹੀਂ ਲੱਗਦਾ ਸੀ? ਨਹੀਂ, ਹੁਣ ਉਹਨਾਂ ਨੂੰ ਅਹਿਸਾਸ ਹੋਣ ਲੱਗ ਪਿਆ ਵੀ ਇਹ ਤਾਂ ਰੋਲ ਹੈ। ਅਤੇ ਛੋਟਿਆਂ ਹੁੰਦਿਆਂ ਜਦੋਂ ਮੈਨੂੰ ਮਾਰ ਪੈਂਦੇ ਹੁੰਦੇ ਫਿਲਮਾਂ 'ਚ, ਤਾਂ ਉਦੋਂ ਮੁੰਡੇ ਨੂੰ ਥੋੜ੍ਹਾ ਜਿਹਾ ਲੱਗਦਾ ਹੁੰਦਾ ਵੀ ਪਾਪਾ ਇਹ ਕਰ ਰਿਹਾ, ਉਹ ਲੁਕ ਜਾਂਦਾ ਸੀ ਜਾਂ ਪਰੇ ਚੱਲ ਜਾਂਦਾ ਸੀ, ਪਰ ਹੁਣ ਉਹਨੂੰ ਪਤਾ ਲੱਗ ਗਿਆ ਐਕਟਿੰਗ ਵਿਲਨ ਨੂੰ ਖਾਣੀਆਂ ਪੈਂਦੀਆਂ। ਨਹੀਂ, ਸਹੀ ਗੱਲ ਆ। ਅਤੇ ਆਉਣ ਵਾਲੇ ਪ੍ਰੋਜੈਕਟ ਜਿਹੜੇ ਆ ਉਹ ਕਿਹੜੇ ਆ? ਆਉਣ ਵਾਲੇ ਇੱਕ ਮੇਰੀ ਘੁੱਗੀ ਭਾਅ ਜੀ ਨਾਲ ਹੀ ਵਿਕਰਮ ਗਰੋਵਰ ਦੀ ਡਾਇਰੈਕਸ਼ਨ 'ਚ ਆ ਫਰਲੋ, ਉਹ ਵੀ ਬਹੁਤ ਵਧੀਆ ਫਿਲਮ ਹੈ। ਉਹਦੇ 'ਚ ਅਸੀਂ ਮਤਲਬ ਇਕੱਠੇ ਹੀ ਹਾਂ ਸਾਰੇ ਮਿਹਨਤੀ ਹਾਂ। ਮੈਂ ਹਨੀ ਮੱਟੂ ਜੀ, ਇੱਕ ਰਾਏਮਨ ਵੀਰ ਹੈ ਕੁੜੀ, ਅਤੇ ਚਾਰ ਜਣਿਆਂ ਦੀ ਕਹਾਣੀ ਹੈ, ਚਾਰੇ ਮੁਲਾਜ਼ਮ ਨੇ। ਅਤੇ ਉਹ ਕਿਵੇਂ ਆਪਣੀ ਮਤਲਬ ਉਹ ਉਹਨੂੰ ਕਾਮੇਡੀ ਫਿਲਮ ਨਹੀਂ ਕਹਿ ਸਕਦੇ, ਉਹ ਸਿਚੁਏਸ਼ਨਲ ਹੈ ਅਤੇ ਤੁਹਾਨੂੰ ਹਾਸਾ ਆਏਗਾ। ਠੀਕ ਹੈ, ਉਹਨਾਂ ਦੀ ਵਿਅਥਾ 'ਤੇ ਤੁਹਾਨੂੰ ਹਾਸਾ ਆਏਗਾ, ਫਿਲਮ ਦੇ ਸੀਨਾਂ 'ਤੇ ਤੁਹਾਨੂੰ ਹਾਸਾ ਆਏਗਾ, ਪਰ ਹਾਸਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਫਿਰ ਇੱਕ ਆ ਰਹੀ ਆ ਜਿਹਦੇ 'ਚ ਮੈਂ, ਸਰਦਾਰ ਸੋਈ ਸਾਹਿਬ, ਪ੍ਰਕਾਸ਼ ਗਾਧੋ ਜੀ, ਗੁਰਮੀਤ ਸਾਜਨ ਜੀ, ਅਸੀਂ ਚਾਰ ਹੀ ਹਾਂ। ਬ੍ਰਾਊਨ ਬਾਬੇ ਇੰਗਲੈਂਡ ਸ਼ੂਟ ਹੋਈ ਸੀ, ਉਹਦੇ 'ਚ ਵੀ ਵਨ ਆਫ ਦਾ ਮੇਨਸ 'ਚ ਅਸੀਂ ਸਾਰੇ, ਅਤੇ ਉਹ ਅੱਡ ਅੱਡ ਬਾਬਿਆਂ ਦੀ ਅੱਡ ਅੱਡ ਕਹਾਣੀ ਆ, ਅਤੇ ਉਹ ਵੀ ਬਹੁਤ ਸੋਹਣੀ ਫਿਲਮ ਬਣੀ ਆ, ਅਤੇ ਉਹ ਆਉਣ ਵਾਲੀਆਂ ਇਹਨਾਂ ਦਿਨਾਂ 'ਚ ਹੀ ਬਸ। ਠੀਕ ਹੈ। ਔਰ ਕਦੀ ਇੱਦਾਂ ਵੀ ਲੱਗਿਆ ਆ ਕਿ ਮਤਲਬ ਇਹ ਬੰਦਾ ਮੈਨੂੰ ਪਸੰਦ ਨਹੀਂ ਸੀਗਾ, ਮੈਨੂੰ ਇਹਦੇ ਨਾਲ ਕੰਮ ਕਿਉਂ ਕਰਨਾ ਪੈ ਰਿਹਾ ਆ, ਮਤਲਬ ਬੰਨੋਗਿਰੀ ਦੇ ਵਿੱਚ ਕਦੀ ਇੱਦਾਂ ਕੰਮ ਕੀਤਾ? ਨਹੀਂ, ਇੱਦਾਂ ਦਾ ਕੁਛ ਨਹੀਂ, ਕਿਉਂਕਿ ਸਾਡਾ ਪਿਓ ਹੁੰਦਾ ਡਾਇਰੈਕਟਰ, ਡਾਇਰੈਕਟਰ ਨੇ ਜੋ ਕਰਾਉਣਾ ਹੁੰਦਾ ਵਾ ਉਹੀ ਅਸੀਂ ਕਰਨਾ, ਅਸੀਂ ਉਹਦੇ ਹੱਥ ਦੀਆਂ ਕਠਪੁਤਲੀਆਂ। ਐਕਟਰ ਨੂੰ ਹੋਣਾ ਵੀ ਚਾਹੀਦਾ, ਤੁਸੀਂ ਕਿੱਡੇ ਵੀ ਮਹਾਰਤ ਰੱਖਦੇ ਹੋ ਐਕਟਿੰਗ ਦੇ ਵਿੱਚ, ਉਹ ਕੋਈ ਮਾਇਨੇ ਨਹੀਂ ਰੱਖਦੀ, ਜੋ ਡਾਇਰੈਕਟਰ ਚਾਹੁੰਦਾ ਉਹ ਕਰਨਾ ਤੁਸੀਂ। ਇਸੇ ਤਰ੍ਹਾਂ ਉਤਲਾ ਡਾਇਰੈਕਟਰ ਜੋ ਚਾਹੁੰਦਾ, ਤੁਸੀਂ ਆਪਣੇ ਜੋ ਮਰਜ਼ੀ ਪੈਰ ਇੱਧਰ ਉੱਧਰ ਪਸਾਰੀ ਜਾਓ, ਲੱਤਾਂ ਬਾਹਾਂ ਮਾਰੀ ਜਾਓ, ਨਹੀਂ ਜੋ ਉਹ ਚਾਹੁੰਦਾ ਉਹਨੇ ਉਹੀ ਕਰਵਾਉਣਾ, ਤੁਹਾਨੂੰ ਘੁੰਮ ਘੁਮਾ ਕੇ ਤੁਹਾਨੂੰ ਠੇਬੇ ਠਿੱਡੇ ਲਵਾ ਕੇ ਫਿਰ ਉੱਥੇ ਲੈ ਆਉਣਾ। ਸੋ ਉਹਦੀ ਮੰਨ ਲਓ ਕਿ ਬੈਟਰ ਆ, ਅਤੇ ਫਿਰ ਦੂਜੇ ਵੱਲ ਲਈ, ਜਿਸ ਤਰ੍ਹਾਂ ਤੁਸੀਂ ਆਪਣਾ ਰੋਲ ਨਿਭਾ ਰਹੇ ਹੋ, ਮੈਂ ਆਪਣਾ ਰੋਲ ਨਿਭਾ ਰਿਹਾ, ਮੈਂ ਐਂਕਰ ਬਣ ਕੇ ਤਾਂ ਨਹੀਂ ਤੁਹਾਨੂੰ ਕੁਛ ਪੁੱਛ ਰਿਹਾ, ਕਿਉਂਕਿ ਮੈਂ ਜਿਹੜੇ ਕੰਮ ਲਈ ਆਇਆ ਮੈਂ ਉਹੀ ਕਰ ਰਿਹਾ, ਜਿਹੜੇ ਕੰਮ ਲਈ ਆਏ ਕਰੂੰਗੀ, ਸੋ ਕਰਨਾ ਚਾਹੀਦਾ। ਅਤੇ ਫੇਵਰੇਟ ਐਕਟ
ਐਕਟਰ ਐਕਟਰਸ ਕਿਹੜੇ ਆ ਜਾਂ ਡਾਇਰੈਕਟਰ ਕਿਹੜਾ ਇੰਡਸਟਰੀ ਦੇ ਵਿੱਚ, ਪੰਜਾਬੀ ਦੇ ਵਿੱਚ ਵੀ ਔਰ ਬਾਲੀਵੁੱਡ ਦੇ ਵਿੱਚ ਵੀ? ਨਹੀਂ, ਹੁਣ ਤਾਂ ਬਹੁਤ ਸਾਰੇ ਬਾਲੀਵੁੱਡ ਹਾਲੀਵੁੱਡ ਬਹੁਤ ਸਾਰੇ ਡਾਇਰੈਕਟਰਸ ਨੇ, ਕਿਹਨਾਂ ਕਿਹਨਾਂ ਦਾ ਨਾਲ ਹੈ, ਰਾਜਾ ਮੌਲੀ ਸਾਹਿਬ ਹੈ ਔਰ ਇੱਕ ਸਮੇਂ ਰਾਮ ਕੁਮਾਰ ਵਰਮਾ ਜੀ ਦਾ ਬੜਾ ਵਧੀਆ, ਵਿਧੂ ਵਿਨੋਦ ਚੋਪੜਾ, ਰਾਜਕੁਮਾਰ ਹੈਰਾਨੀ, ਅੱਜ ਇਹਨਾਂ ਨੇ ਲਾਪਤਾ ਲੇਡੀਜ਼ ਬਣਾਇਆ, ਕਿਰਨ ਔਸਕਰਸ ਲਈ ਨੋਮੀਨੇਟ, ਉਹ ਵੀ ਹੋਰ ਬਹੁਤ ਸਾਰੀਆਂ ਫਿਲਮਾਂ, ਬੜੇ ਸੋਹਣੇ ਡਾਇਰੈਕਟਰ ਆ ਗਏ ਹੁਣ ਤੇ, ਅਤੇ ਕੁਰੋਸਵਾ ਸਾਹਿਬ ਹੈ ਬਾਹਰ ਦੇ, ਹਿਚਕੌਫ ਹੈ, ਇੱਕ ਮੇਰੇ ਫੇਵਰੇਟ ਆ ਲੈਜ਼ੀ ਹੈਲਸਟੋਨ, ਉਹਨਾਂ ਦੀਆਂ ਕਿਸੇ ਨੇ ਫਿਲਮਾਂ ਨਹੀਂ ਵੇਖੀਆਂ ਪਰ ਉਹਨਾਂ ਦੀਆਂ ਫਿਲਮਾਂ ਰਿਸ਼ਤਿਆਂ 'ਤੇ, ਲੋਕ ਕਹਿੰਦੇ ਆ ਕਿ ਅੰਗਰੇਜ਼ ਰਿਸ਼ਤੇ ਨਹੀਂ ਨਿਭਾਉਂਦੇ ਭਰਾ ਭੈਣ ਦਾ ਜਾਂ ਮਾਂ ਪੁੱਤ ਦਾ ਜਾਂ ਬ੍ਰਦਰ ਬ੍ਰਦਰ ਦਾ, ਜਿੰਨੇ ਅੰਗਰੇਜ਼ਾਂ ਦੀਆਂ ਇਮੋਸ਼ਨਲ ਅਤੇ ਰਿਸ਼ਤੇ ਵਾਲੀਆਂ ਫਿਲਮਾਂ ਅਤੇ ਸੋਬਰ ਸਾਫ਼ ਸੁਥਰੀਆਂ ਫਿਲਮਾਂ ਵੇਖਣੀਆਂ, ਉਹ ਲੈਸੀ ਹੈਲਸਟੋਮ ਹੈ ਜੀ, ਉਹਨਾਂ ਦੀ ਇੱਕ ਵਰਡ ਸੀਟਿੰਗ, ਗਿਲਬਰਟ ਗ੍ਰੇਪ, ਚਾਰ ਫਿਲਮਾਂ ਉਹਨਾਂ ਨੇ ਕੁੱਤੇ 'ਤੇ ਬਣਾਈਆਂ, ਡੋਗ ਵਿਦ ਦਾ ਪਰਪਸ, ਇੱਕ ਹੋਰ ਬੜੀ ਹਿੱਟ ਹੈਚੀਕੋ ਡੋਗ, ਇੱਕ ਕੁੱਤਾ ਜਿਹੜਾ ਆਪਣੇ ਮਾਲਕ ਨੂੰ 15 ਸਾਲ ਡੀਕਦਾ ਇੱਕੋ ਥਾਂ 'ਤੇ ਬੈਠਾ ਰਿਹਾ ਬਰਫ਼ ਦੇ ਵਿੱਚ, ਜਪਾਨੀ ਬੰਦੇ ਦੀ ਕਹਾਣੀ ਅਸਲੀ, ਉਹ ਬੰਦਾ ਮਰ ਗਿਆ ਸੀ, ਉਹਨੂੰ ਨਹੀਂ ਪਤਾ ਕੁੱਤੇ ਨੂੰ, ਪਰ ਉੱਥੇ ਬੈਠਾ ਰਿਹਾ, ਉਹ ਡੀਕਦਾ ਰਿਹਾ, ਉਹ ਕੁੱਤੇ ਦਾ ਅੱਜ ਵੀ ਉੱਥੇ ਜਪਾਨ ਦੇ ਵਿੱਚ ਬੁੱਤ ਲੱਗਾ ਹੈ, ਪੜ੍ਹਿਆ ਸ਼ਾਇਦ ਇਹਦੇ ਬਾਰੇ ਕਿਤੇ, ਉਹ ਉਹਨਾਂ ਦੀਆਂ ਫਿਲਮਾਂ ਵੇਖਣੀਆਂ ਚਾਹੀਦੀਆਂ, ਅਤੇ ਹੋਰ ਕਈ ਹੈ ਸਿੱਖਣ ਲਈ, ਮੈਂ ਮੈਲ ਗਿਬਸਨ ਦੀਆਂ ਫਿਲਮਾਂ ਵੀ ਵੇਖਦਾ ਵਾਂ, ਐਪੋਕਲਿਪਟੋ, ਬ੍ਰੇਵ ਹਾਰਟ, ਇਹ ਚੰਗੀਆਂ ਫਿਲਮਾਂ ਜਿਹੜੀਆਂ, ਹੁਣ ਮੌਲਾ ਜੱਟ ਆਏਗੀ ਉਹ ਵੀ ਵੇਖਣੀ ਹੈ, ਕਿਉਂਕਿ ਉਹਦੀ ਮੇਕਿੰਗ ਅੱਛੀ ਹੈ, ਉਹਨਾਂ ਨੇ ਸਟਾਈਲ ਇੱਕ ਨਵਾਂ ਲੈ ਕੇ ਆਉਂਦਾ, ਉਹ ਹਿੱਟ ਹੋਈ ਹੈ ਮੈਂ, ਅਤੇ ਉਹ ਵੀ ਵੇਖਣੀ ਹੈ, ਟ੍ਰੇਲਰ ਬਹੁਤ ਅੱਛਾ। ਅਤੇ ਐਕਟਰ ਕਿਹੜੇ ਫੇਵਰੇਟ ਵਾਲੇ ਆ, ਔਰ ਕੋਈ ਰੋਲ ਮਾਡਲ ਵੀ ਹੈ ਕਿ ਸੋਚਿਆ ਹੋਇਆ ਕਿ ਜਿੱਦਾਂ ਦੀ ਐਕਟਿੰਗ ਇਹਨਾਂ ਨੇ ਕੀਤੀ ਹੈ ਮੈਂ ਵੀ ਇੱਥੋਂ ਤੱਕ ਪਹੁੰਚਣਾ ਆ? ਨਹੀਂ, ਹਰ ਇਨਸਾਨ ਪ੍ਰਭਾਵੀ ਕਰਨ 'ਤੇ ਚੱਲਦਾ ਵਾ, ਕਿਸੇ ਨਾ ਕਿਸੇ ਦਾ ਪ੍ਰਭਾਵ ਹੁੰਦਾ ਹੈ ਜੀ, ਅਤੇ ਇੱਕ ਟੌਮ ਹੈਂਕਸ ਹੈ, ਉਹ ਵੀ ਬਹੁਤ ਵਧੀਆ ਐਕਸ਼ਨ ਹੈ, ਨਿਕਲਸ ਕੇਜ ਹੈ ਉਹਨਾਂ ਦੇ ਉੱਧਰੋਂ, ਆਪਣੇ ਦਿਲੀਪ ਸਾਹਿਬ ਹੈ, ਹੋਰ ਕਾਫੀ ਡੀਪ ਐਕਟਰ ਨੇ, ਅਤੇ ਬਾਕੀ ਬਾਅਦ 'ਚ ਗੁਰਿੰਦਰ ਮਖਨਾ ਆਏਗਾ ਬਿਲਕੁਲ, ਮੈਂ ਐਕਚੁਲੀ ਸੈਂਸਿਟਿਵ ਰੋਲ ਪਸੰਦ ਕਰਦਾ, ਸੈਂਸਿਟਿਵ ਜਾਂ ਮੇਰੇ ਫੇਵਰੇਟ 'ਚ ਜੇ ਮੈਂ ਕਵਾਂ ਇੰਡੀਅਨ 'ਚ ਤਾਂ ਉਤਪਲ ਦੱਤ ਸੀ, ਵਰਸਟਾਈਲ ਐਕਟਰ ਸੀ ਪ੍ਰਾਣ ਸਾਹਿਬ, ਉਤਪਲ ਦਾਸ ਸਾਹਿਬ, ਉਹਨਾਂ ਦਾ ਉਹ ਹੁਣੇ ਗੱਲ ਕਰਦੇ ਇੰਨਾ ਮੂਡ ਚੇਂਜ, ਸਵਿਚ ਔਨ ਸਵਿਚ ਆਫ ਐਕਟਰ ਸੀ, ਰੋਂਦੇ ਰੋਂਦੇ ਹੱਸ ਪੈਂਦੇ, ਹੱਸਦੇ ਹੱਸਦੇ ਰੋ ਪੈਂਦੇ ਸੀ, ਉਹ ਕਮਾਲ ਦੇ ਐਕਟਰ ਸੀ, ਅਤੇ ਉਹੋ ਜਿਹੇ ਵੀ ਰੋਲ ਪਸੰਦ ਕਰਨਾ, ਬਾਕੀ ਜਿਹੜੀ ਸੇਵਾ ਲਾ ਦੇਣਗੇ ਉਹੀ ਕਰਨ ਦਾ ਇੱਛੁਕ ਹਾਂ। ਮਤਲਬ ਚਾਹੁੰਦੇ ਹੋ ਕਿ ਜਦੋਂ ਹਜੇ ਤੁਸੀਂ ਦੱਸਿਆ ਕਿ ਪਹਿਲਾਂ ਚੋਇਸ ਨਹੀਂ ਹੁੰਦੀ, ਪਰ ਬਾਅਦ ਦੇ ਵਿੱਚ ਅਸੀਂ ਆਪਣੀ ਮਰਜ਼ੀ ਦੀ ਸਕ੍ਰਿਪਟ ਜਾਂ ਅਸੀਂ ਕਹਿ ਸਕਦੇ ਇੱਕ ਮੁਕਾਮ ਇਹੋ ਜਿਹਾ ਆ ਜਾਂਦਾ ਕਿ ਹਾਂ ਮੈਂ ਸੋਚ ਲਿਆ ਕਿ ਮੈਂ ਇੱਦਾਂ ਦੇ ਰੋਲ ਕਰਨੇ ਆ ਔਰ ਇੱਦਾਂ ਦੇ ਨਹੀਂ ਕਰਨੇ, ਹੈ ਨਾ? ਹਾਂ, ਫਿਰ ਨਹੀਂ ਨਹੀਂ ਵਾਲਾ ਕੋਈ ਨਹੀਂ, ਹਰ ਰੋਲ ਚੈਲੇਂਜਿੰਗ ਹੁੰਦਾ ਵਾ, ਜਿਹੜਾ ਵੀ ਰੋਲ ਹੋਵੇ, ਜੇ ਮੈਨੂੰ ਕਿਸੇ ਹਿਜੜੇ ਦਾ ਖੁਸਰੇ ਦਾ ਰੋਲ ਕਰਨਾ ਪੈਂਦਾ ਮੈਂ ਉਹ ਵੀ ਕਰਾਂਗਾ, ਜੇ ਮੈਨੂੰ ਕੋਈ ਵੀ ਅਪੰਗ ਦਾ ਰੋਲ ਕਰਨਾ ਪੈਂਦਾ ਉਹ ਵੀ ਕਰਾਂਗਾ, ਕਿਉਂਕਿ ਇਹ ਚੁਣੌਤੀਪੂਰਨ ਰੋਲ ਹੁੰਦੇ ਆ, ਅਤੇ ਮੈਂ ਚਾਹੁੰਦਾ ਕਿ ਇਹੋ ਜਿਹੇ ਚੁਣੌਤੀਪੂਰਨ ਰੋਲ ਮਿਲਣ, ਅਤੇ ਉਹ ਜਿਸ ਤਰ੍ਹਾਂ ਫੋਰੈਸਟ ਗੰਪ ਹੈ ਇੱਕ, ਉਹ ਤੁਸੀਂ ਟੌਮ ਹੈਂਕਸ ਦੀ ਫਿਲਮ ਵੇਖ ਸਕਦੇ ਹੋ, ਜਿੱਥੋਂ ਆਮਿਰ ਖਾਨ ਦੀ ਹੁਣੇ ਲਾਲ ਸਿੰਘ ਛੱਡਾ ਆਈ ਸੀ, ਮੈਨੀਫੈਸਟ ਜਦੋਂ ਬੰਦਾ ਕਰ ਲੈਂਦਾ ਹੈ ਨਾ ਕਿ ਇੱਕ ਦਿਮਾਗ ਚ ਸੋਚ ਲੈਂਦਾ ਕਿ ਮੈਂ ਇਹ ਚੀਜ਼ ਕਰਨੀ ਆ,
ਤੇ ਉੱਥੇ ਪਹੁੰਚਣ ਨੂੰ ਫਿਰ ਦੇਰ ਨਹੀਂ ਲੱਗਦੀ। ਅਜੇ ਦਰਸ਼ਕਾਂ ਨੂੰ ਲੱਗ ਰਿਹਾ ਹੋਵੇ ਵਿੰਦਾਰੀ ਦੇ ਗੱਲਾਂ ਕਿਹੋ ਜਿਹੀਆਂ ਕਰ ਰਿਹਾ ਜਾਂ ਹੱਦੀ ਕੋੜ ਕਿਰਲੀ ਸ਼ਤੀਰਾਂ ਨਾਲ ਜੱਫੇ, ਪਰ ਪਾਵਾਂਗੇ ਕਿਸੇ ਦਿਨ ਜੰਮਿਆਂ ਤੇ ਪਾਵਾਂਗੇ। ਸੋਚ ਵੱਡੀ ਰੱਖੋ, ਬੰਦਾ ਪਹੁੰਚਦਾ, ਜ਼ਰੂਰ ਪਹੁੰਚਦਾ ਉੱਥੇ ਤੱਕ, ਕੋਈ ਗੱਲ ਨਹੀਂ, ਜਾਵਾਂਗੇ ਔਸਕਰ ਤੱਕ ਜਾਵਾਂਗੇ ਅਸੀਂ। ਡੈਫੀਨੇਟਲੀ ਡੈਫੀਨੇਟਲੀ ਮੈਨੀਫੈਸਟ ਕਰਨਾ ਚਾਹੀਦਾ ਆ, ਸੋਚਣਾ ਚਾਹੀਦਾ, ਸੋਚ ਵੱਡੀ ਰੱਖਾਂਗੇ ਨਾ ਤੇ ਉਸ ਮੁਕਾਮ ਤੱਕ ਅਸੀਂ ਪਹੁੰਚਾਂਗੇ ਜ਼ਰੂਰ। ਨਹੀਂ ਮੈਂ ਵੈਸੇ ਵੀ ਪਰਸਨਲੀ ਵੀ ਮੈਂ ਡੇਟ ਡ੍ਰੀਮਰ ਆ, ਮੈਂ ਮਜ਼ੇ ਲੈਣਾ ਸੁਪਨੇ ਸੋਚ ਕੇ। ਹੁਣ ਅਸੀਂ ਵੀ ਤਾਂ ਸੋਚਿਆ ਸੀ ਕਿ ਅਸੀਂ ਗੁਰਿੰਦਰ ਮੱਕਣਾ ਜੀ ਨੂੰ ਬੁਲਾਉਣਾ ਆ ਔਰ ਸਾਨੂੰ ਉਮੀਦ ਨਹੀਂ ਸੀ ਕਿ ਤੁਸੀਂ ਆਓਗੇ, ਪਰ ਤੁਸੀਂ ਪਹੁੰਚੇ ਨਾ, ਅਸੀਂ ਵੀ ਤਾਂ ਮੈਨੀਫੈਸਟ ਕੀਤਾ ਸੀ। ਨਹੀਂ ਮੇਰੇ ਰਾਹ 'ਚ ਪੈਂਦੇ ਸੀ, ਮੈਂ ਜ਼ਰੂਰ ਮਿਲਦਾ ਜਾਵਾਂ ਅਤੇ 10-15 ਮਿੰਟ ਜਿਹੜੇ ਬਣਦੇ ਆ ਜ਼ਰੂਰ ਲਾ ਕੇ ਜਾਵਾਂ। ਡੈਫੀਨੇਟਲੀ ਨਹੀਂ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਔਰ ਸਰ ਇੱਕ ਮੈਂ ਤੁਹਾਡਾ ਇੰਟਰਵਿਊ ਦੇਖਿਆ ਸੀ, ਉਹਦੇ ਵਿੱਚ ਤੁਸੀਂ ਕਿਹਾ ਕਿ ਮੇਰੀ ਸ਼ਕਲ ਹੀ ਇੱਦਾਂ ਦੀ ਸੀਗੀ ਅਤੇ ਮੈਨੂੰ ਲੱਗਾ ਕਿ ਚੱਲ ਕੋਈ ਹੋਰ ਰੋਲ ਨਾ ਸੀ, ਰਾਕਸ਼ਸਤਾ ਤਾਂ ਮਿਲੂਗਾ ਹੀ। ਹਾਂ ਉਹ ਸ਼ੁਰੂ ਜਦੋਂ ਬੰਬੇ ਗਏ ਸਾਂ ਉਹਦਾ ਰੀਜ਼ਨ ਸੀ ਕਿ ਜਦੋਂ ਮੇਰੇ ਨਾਲ ਦੇ ਥੀਏਟਰ ਵਾਲੇ ਸੀ ਉਹਨਾਂ ਨੇ ਜਿਹੜੇ ਨਾ ਅਸਲ 'ਚ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਹਿ ਦਾਂ ਗੱਲ, ਬੰਦੇ ਨੂੰ ਸਹੂਲਤਾਂ ਜਾਂ ਕਲਾ ਨਹੀਂ ਬਣਾਉਂਦੀ, ਬੰਦੇ ਨੂੰ ਤਾਨੇ ਮੇਣੇ ਬਣਾਉਂਦੇ ਨੇ। ਅਤੇ ਉਦੋਂ ਉਹਨਾਂ ਨੇ ਤਾਨਾ ਮਾਰਿਆ ਸੀ ਵੀ ਇਹਨੂੰ ਭਾਲਾ ਫੜਨ ਵਾਲਾ ਰੋਲ ਤਾਂ ਮਿਲ ਹੀ ਜਾਊਗਾ, ਰਾਕਸ਼ਸ ਦਾ ਰੋਲ ਮਿਲ ਹੀ ਜਾਊਗਾ। ਅਤੇ ਮੈਂ ਧਾਰ ਕੇ ਵੀ, ਕਿਉਂਕਿ ਸਾਡਾ ਕਿਹੜਾ ਮਾਈ ਬਾਪ ਸੀ ਬੰਬੇ 'ਚ ਬੈਠਾ, ਅਤੇ ਉਦੋਂ ਜੋ ਵੀ ਮਿਲਦਾ ਕਰਨਾ ਹੀ ਸੀ, ਤਾਂ ਮੈਂ ਸੋਚ ਕੇ ਗਿਆ ਸਮਝ ਮੈਨੂੰ ਰਾਕਸ਼ਸ ਦਾ ਰੋਲ ਵੀ ਮਿਲਿਆ। ਅਤੇ ਕੁਦਰਤੀ ਬਾਏ ਲੱਕ ਮੂੰਹ 'ਤੇ ਸਰਸਵਤੀ ਬੈਠੀ ਹੁੰਦੀ ਕਹਿੰਦੇ 24 ਘੰਟਿਆਂ 'ਚ, ਉਹ ਜਾਂਦਿਆਂ ਪਹਿਲਾ ਰੋਲ ਹੀ ਮੈਨੂੰ ਉਹ ਮਿਲਿਆ ਰਾਕਸ਼ਸ ਦਾ। ਪਰ ਉਸ ਰੋਲ 'ਚ ਰਾਕਸ਼ਸ ਮਾਇਨੇ ਨਹੀਂ ਰੱਖਦਾ, ਉਹ ਰੋਲ 'ਚ ਕਲਾ ਅਤੇ ਐਕਟਿੰਗ ਮਾਇਨੇ ਰੱਖਦੀ ਹੈ। ਅਤੇ ਉਹ ਡਾਇਰੈਕਟਰ ਨੂੰ ਪਸੰਦ ਆਈ ਸਪੋਂਟੈਨਿਟੀ, ਉਹ ਪਸੰਦ ਆਈ, ਉਹਨਾਂ ਨੇ ਅਗਲਾ ਉਸੇ ਵੇਲੇ ਮੈਨੂੰ ਉੱਥੇ ਦੇ ਦਿੱਤਾ ਰੋਲ, ਅਤੇ ਇਸੇ ਕੰਮ ਲਈ ਗਏ ਹਾਂ ਅਤੇ ਉਹ ਕੰਮ ਹੌਲੀ ਹੌਲੀ ਪ੍ਰਮੋਸ਼ਨ ਹੁੰਦਾ ਗਿਆ ਜੀ। ਔਰ ਇਹ ਵੀ ਲੱਗਦਾ ਕਿ ਜਿਹੜੇ ਲਿੰਕ ਹੁੰਦੇ ਨੇ ਜਾਂ ਰੈਫਰੈਂਸਿਸ ਹੁੰਦੇ ਨੇ ਉਹਨਾਂ ਦੇ ਕਰਕੇ ਕੰਮ ਜ਼ਿਆਦਾ ਮਿਲਦਾ ਆ। ਹਾਂਜੀ ਇਹ ਜ਼ਰੂਰੀ ਹੈ, ਲਿੰਕ ਬਣਨਗੇ ਤਾਂ ਤੁਹਾਨੂੰ ਕੰਮ ਮਿਲੇਗਾ। ਲਿੰਕ ਮੀਨਸ, ਲਿੰਕ ਕੀ ਹੁੰਦਾ ਵਾ ਯਾਰ, ਉਹ ਬੰਦਾ ਬਹੁਤ ਵਧੀਆ ਐਕਟਰ, ਉਹ ਬੰਦਾ ਉਹਨੂੰ ਪ੍ਰਮੋਟ ਕਰਨਾ ਚਾਹੀਦਾ, ਉਹ ਲਿੰਕ ਹੁੰਦਾ ਜੀ। ਲਿੰਕ ਇਹ ਨਹੀਂ ਹੈ ਵੀ ਮੇਰੇ ਚਾਚੇ ਦਾ ਮੁੰਡਾ ਵੀ ਲੈ ਲਓ ਜੀ, ਉਹ ਵੀ ਐਕਟਿੰਗ ਕਰ ਲੂਗਾ, ਉਹ ਨਹੀਂ। ਤੁਹਾਡੀ ਕਲਾ ਦੇ ਨਾਲ ਜਿਹੜਾ ਲਿੰਕ ਬਣਦਾ ਉਹ ਬਹੁਤ ਕੰਮ ਆਉਂਦਾ, ਤੁਹਾਡਾ ਵਰਡ ਆਫ ਮਾਊਥ, ਜੋ ਤੁਹਾਡੀ ਪਿੱਠ ਪਿੱਛੇ ਕੋਈ ਤੁਹਾਡੇ ਬਾਰੇ ਬੋਲਦਾ, ਉਹ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤੇ ਤੁਹਾਨੂੰ ਪ੍ਰਮੋਟ ਕਰਦਾ। ਹਾਂ ਯਾਰੀ ਵੀ ਪੈ ਜਾਂਦੀ ਹੈ, ਫਿਰ ਉਹ 100 ਸਾਡੇ ਏਡੀਜ਼ ਪ੍ਰਿਥਵੀ ਥੀਏਟਰ ਜਾਂਦੇ ਹਾਂ, ਉੱਥੇ ਕੋਈ ਐਕਟਰਸ ਆਉਂਦੇ ਸੀ ਵੈਸੇ, ਪਰ ਐਕਟਰ ਉਹਨਾਂ 'ਚੋਂ ਕਈ ਅਸਿਸਟੈਂਟ ਡਾਇਰੈਕਟਰਸ ਬਣ ਜਾਂਦੇ, ਉਹ ਫਿਰ ਜਾਣਦੇ ਵੀ ਹੁੰਦੇ, ਕੋਈ ਰੂਮਮੇਟ ਇਹੋ ਜਿਹਾ ਹੁੰਦਾ ਸੀ ਅਸਿਸਟੈਂਟ ਹੁੰਦਾ, ਅਤੇ ਉਹ ਕਹਿੰਦਾ ਚੱਲ ਯਾਰ ਮਹੀਨੇ ਦਾ ਖਰਚਾ ਨਿਕਲ ਜੂਗਾ, ਕਿਰਾਇਆ ਨਿਕਲ ਜੂਗਾ, ਤੇ ਤੂੰ ਵੀ ਕਰ ਲਈ। ਪਰ ਐਕਟਰ ਤਾਂ ਹੈਗੇ ਹੀ ਸਾਂ ਤੇ ਰੋਲ ਵੀ ਕਰ ਲੈਂਦੇ ਆ, ਤੇ ਉਹ ਲਿੰਕਸ ਜਿਹੜੇ ਆ ਉਹ ਕੰਮ ਤੇ ਆਉਂਦੇ ਹੀ ਆ, ਤੇ ਕੰਮ ਲਿੰਕਸ ਨਾਲ ਹੀ ਮਿਲਦਾ। ਜਿਸ ਤਰ੍ਹਾਂ ਮੈਂ ਵੀ ਹੁਣ ਮੈਂ ਕਾਸਟਿੰਗ ਡਾਇਰੈਕਟਰ ਵੀ ਹਾਂ, ਅਤੇ ਮੈਨੂੰ ਵੀ ਜਿਹੜੇ ਤਾਜ਼ਾ ਤਾਜ਼ਾ ਬੰਦੇ ਆਏ ਹੁੰਦੇ ਆ ਉਹ ਚੇਤੇ ਰਹਿ ਜਾਂਦੇ, ਹਾਂ ਇਸ ਰੋਲੀ ਆਹ ਬੰਦਾ ਠੀਕ ਹੈ ਯਾਰ, ਸਾਹਮਣੇ ਜਿਹੜਾ ਦਿਖਦਾ ਉਹ ਆ ਜਾਂਦਾ। ਉਹ ਕਈ ਚੰਗੇ ਐਕਟਰ ਪਿੱਛੇ ਵੀ ਰਹਿ ਜਾਂਦੇ ਆ, ਉਹਦੇ ਲਈ ਫਿਰ ਨਵੇਂ ਐਕਟਰਾਂ ਲਈ ਇਹ ਸਲਾਹ ਵਾ ਕਿ ਹਰ ਇੱਕ ਨੂੰ ਜਦੋਂ ਵੀ ਕਾਸਟਿੰਗ ਹੁੰਦੀ ਹੈ ਜਾਂ ਅੱਗੋਂ ਪਿੱਛੋਂ ਵੀ ਹੈਲੋ ਹਾਏ ਕਰਦੇ ਰਹੋ, ਅਤੇ ਮਾਇੰਡ 'ਤੇ ਪੱਟੇ 'ਤੇ ਚੜ੍ਹੇ ਰਹਿੰਦੇ ਆ, ਮਤਲਬ ਬੰਦੇ ਨੂੰ ਫਿਰ ਯਾਦ ਰਹਿੰਦਾ ਕਿ ਇਹ ਬੰਦਾ ਹੈ, ਹਾਂ ਆਹ ਵੀ ਬੰਦਾ ਹੈਗਾ ਯਾਰ ਐਕਟਰ ਦਾ, ਠੀਕ ਹੈ। ਅਤੇ ਨੈਪੋਟਿਜ਼ਮ ਦਾ ਬੜਾ ਕਨਸੈਪਟ ਆ ਨਾ, ਕਿ ਨੈਪੋਟਿਜ਼ਮ ਕਿ ਚਲੋ ਮੈਂ ਐਕਟਰ ਹਾਂ ਮੇਰੇ ਵਾਂਗ ਬੱਚੇ ਵੀ ਐਕਟਰ ਬਣ ਜਾਊਗੇ, ਬਾਲੀਵੁੱਡ ਦੇ ਵਿੱਚ ਬਹੁਤ ਜ਼ਿਆਦਾ ਚੱਲਦਾ ਪਿਆ, ਪੰਜਾਬ ਦੇ ਵਿੱਚ ਤਾਂ ਜੇ ਘੱਟ ਹੀ ਆ, ਹੈ ਨਾ। ਨਹੀਂ ਤੁਸੀਂ ਇਹਦੀ ਪਰਿਭਾਸ਼ਾ ਗਲਤ ਦੇ ਰਹੇ ਹੋ, ਮੇਰੇ ਨਾਲ ਬੱਚੇ ਵੀ ਐਕਟਰ ਬਣ ਜਾਣਗੇ ਉਹ ਗੱਲ ਹੋਰ ਆ। ਨੈਪੋਟਿਜ਼ਮ 'ਚ ਜੇ ਤੁਸੀਂ ਜਿਹੜੇ ਪਾਸਿਓਂ ਕਹਿਣਾ ਚਵਾ ਰਹੇ ਹੋ ਮੇਰੇ ਤੋਂ, ਉਹ ਹੈਗਾ ਵਾ ਵੀ ਜਿਹਨੂੰ ਕੰਮ ਨਹੀਂ ਆਉਂਦਾ ਤਾਂ ਮੈਂ ਐਵੇਂ ਚਾਚੇ ਦੇ ਮੁੰਡੇ ਨੂੰ ਲੈ ਗਿਆ, ਐਵੇਂ ਤਾਏ ਦੇ ਮੁੰਡੇ ਨੂੰ ਆ ਗਿਆ ਵੀ ਇਹਨੂੰ ਲੈ ਲਓ ਜੀ, ਕਿਉਂਕਿ
ਪੈਸੇ ਤਾਂ ਕਿਸੇ ਦੇ ਲੱਗ ਰਹੇ, ਮੈਨੂੰ ਕੀ ਹੈ, ਚਾਰ ਪੈਸੇ ਮਿਲ ਜਾਣਗੇ, ਉਹ ਚੀਜ਼ ਨਹੀਂ। ਤੁਹਾਡੇ ਕੋਲ ਟੈਲੈਂਟਡ ਹੋਵੋ, ਅਤੇ ਜਿਸ ਤਰ੍ਹਾਂ ਹੁਣ ਧਰਮਿੰਦਰ ਸਾਹਿਬ ਦੇ ਦੋਵੇਂ ਬੇਟੇ ਸਨੀ, ਉਹ ਡਿਜ਼ਰਵ ਕਰਦੇ ਸੀ, ਉਹਨਾਂ ਨੇ ਟ੍ਰੇਨਿੰਗ ਲਈ ਆ, ਉਹਨਾਂ ਨੂੰ ਨੈਪੋਟਿਜ਼ਮ ਨਹੀਂ ਕਿਹਾ ਜਾ ਸਕਦਾ। ਅਤੇ ਪਰ ਜਿਹੜੀਆਂ ਫਿਲਮਾਂ 'ਚ ਇਸ ਤਰ੍ਹਾਂ ਹੋਇਆ ਵਾ, ਉਹ ਫਿਲਮਾਂ ਡੁੱਬੀਆਂ ਵੀ, ਉਹ ਚੱਲੀਆਂ ਵੀ ਨਹੀਂ। ਉਹ ਤੁਸੀਂ ਵੀ, ਮੈਂ ਤੁਹਾਨੂੰ ਸਭ ਤੋਂ ਪਹਿਲੀ ਚੀਜ਼ ਹੈ ਇਮਾਨਦਾਰੀ, ਹੱਕ ਅਤੇ ਸੱਚ, ਇਹਨੇ ਸਦਾ ਹੀ ਰਹਿਣਾ, ਇਹਦਾ ਸਦਾ ਬੋਲਬਾਲਾ ਰਹਿਣਾ। ਉਹ ਜਿੱਥੇ ਇਹੋ ਜਿਹੀ ਕੋਈ ਗੈਰ ਇਮਾਨਦਾਰੀ ਦੀ ਜਾਂ ਇਹੋ ਜਿਹੀ ਚੀਜ਼ ਆਉਂਦੀ ਆ ਬੇਈਮਾਨੀ ਦੀ, ਉਹ ਨਹੀਂ ਚੱਲਦੀ। ਅਤੇ ਇਹ ਕੁਦਰਤ ਦਾ ਅਸੂਲ ਹੈ। ਸੋ ਨੈਪੋਟਿਜ਼ਮ ਵਰਕ ਨਹੀਂ ਕਰਦਾ ਲੰਬੇ ਸਮੇਂ ਤੱਕ, ਸੱਚ ਨੇ ਸੱਚ ਹੀ ਰਹਿਣਾ। ਉਹ ਘਾਹ ਹੈ ਨਾ, ਕਹਿੰਦੇ ਪਾਤਸ਼ਾਹ ਸਾਹਿਬ ਨੇ ਕਿਹਾ ਕਿ ਮੈਂ ਤੇ ਘਾਹ ਹਾਂ, ਤੁਹਾਡੇ ਹਰ ਕੀਤੇ ਕਿਰਾਏ 'ਤੇ ਉਗਾਵਾਂਗਾ। ਅਤੇ ਘਾਹ ਨੇ ਉੱਗੀ ਆਉਣਾ, ਜਿੱਥੇ ਮਰਜ਼ੀ ਜਿੰਨੇ ਮਰਜ਼ੀ ਸੀਮਿੰਟ ਲੈਂਟਰ ਪਾਲੋ, ਉਹਨੇ ਨਿਕਲਾਉਣਾ। ਬਿਲਕੁਲ। ਔਰ ਜਿਹੜੇ ਅੱਜ ਦੇ ਯੰਗਸਟਰਸ ਆ, ਠੀਕ ਹੈ, ਜਿਹਨਾਂ ਨੂੰ ਬੜਾ ਸ਼ੌਂਕ ਆ ਕਿ ਸਾਨੂੰ ਜਲਦੀ ਸਕਸੈਸ ਮਿਲ ਜਾਵੇ, ਹੈ ਨਾ, ਅਸੀਂ ਫਟਾਫਟ, ਜਦੋਂ ਇੰਸਟਾ ਦਾ ਜ਼ਮਾਨਾ ਆ, ਰੀਲਸ ਦਾ ਜ਼ਮਾਨਾ ਆ, ਠੀਕ ਹੈ, ਉਹਨਾਂ ਨੂੰ ਲੱਗਦਾ ਕਿ ਅਸੀਂ ਉੱਥੇ ਸਟਾਰ ਹਾਂ, ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਹੈਗੇ ਆ, ਉਹਨਾਂ ਨੂੰ ਲੱਗਦਾ ਕਿ ਬਸ ਅਸੀਂ ਕੁਛ ਕਰੀਏ ਨਾ, ਬਸ ਦੋ ਰੀਲ ਨਾ ਪਾਈਏ ਤਾਂ ਸਾਨੂੰ ਕਾਮਯਾਬੀ ਮਿਲ ਜਾਵੇ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਨਹੀਂ, ਸਭ ਤੋਂ ਪਹਿਲਾਂ ਕਲਾ ਸਿੱਖੋ, ਥੀਏਟਰ ਕਰੋ, ਕਲਾ ਸਿੱਖੋ, ਕਿਸੇ ਚੰਗੇ ਬੰਦੇ ਦੇ ਨਾਲ ਇੱਕ ਜਾਂ ਦੋ ਸਾਲ ਲਾਓ, ਜਿਹਨੂੰ ਸਮਝ ਹੋਵੇ, ਸੂਝ ਹੋਵੇ ਥੀਏਟਰ ਦੀ ਅਸਲ ਮਾਇਨਿਆਂ 'ਚ। ਪੜ੍ਹੋ, ਰੱਜ ਕੇ ਪੜ੍ਹੋ, ਕਿਉਂਕਿ ਪੜ੍ਹੇ ਬਿਨਾਂ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੋਣਾ। ਹੁਣ ਤਾਂ ਸਾਰੀ ਦੁਨੀਆ ਹੀ ਅਨਪੜ੍ਹ ਹੋ ਗਈ ਆ, ਕਹਿੰਦੇ ਆ ਪੜ੍ਹੇ ਲਿਖੇ ਆ, ਪਰ ਜਦੋਂ ਦਾ ਫੋਨ 'ਤੇ ਆ ਮੈਸੇਜ ਅੰਗਰੇਜ਼ੀ ਵਾਲੇ ਲਿਖਣਾ ਤਾਂ ਜਾਣਦੇ ਆ, ਪਰ ਕਿਤਾਬਾਂ ਤੋਂ ਦੂਰ ਹੋ ਗਿਆ। ਕਿਤਾਬਾਂ ਨੇ ਹੀ ਤੁਹਾਡੀ ਕਾਇਆ ਕਲਪ ਕਰਨਾ ਵਾ, ਤੁਹਾਡੀ ਬੁੱਧੀ ਸੁੱਧੀ ਸਾੜੀ ਉਹ ਕਿਤਾਬਾਂ ਨੇ ਬਣਾਉਣੀ ਆ। ਕਿਤਾਬਾਂ ਤੋਂ ਤੁਹਾਨੂੰ ਲੋਕਾਂ ਦੇ ਤਜ਼ਰਬੇ ਮਿਲਦੇ ਆ, ਵਿਚਰਨ ਵਰਤਨ ਦੀ ਜਾਂਚ ਮਿਲਦੀ ਆ। ਸੋ ਕਿਤਾਬਾਂ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ। ਅਤੇ ਇਹ ਰੀਲਾਂ ਨਾਲ ਚਾਰ ਦਿਨ ਚੱਲੋਗੇ, ਉਸ ਤੋਂ ਬਾਅਦ ਫਿਰ ਤੁਸੀਂ ਆਉਣਾ ਅਤੇ ਫਿਰ ਕਲਾ 'ਤੇ ਪੈਣਾ। ਰੀਲਾਂ ਦੇ ਬਹਾਨੇ ਤੁਹਾਨੂੰ ਫਿਲਮ ਮਿਲ ਤਾਂ ਜਾਂਦੀ, ਕਈਆਂ ਨੂੰ ਮਿਲਦੀ ਵੀ ਆ, ਇੰਨੇ ਫੋਲੋਅਰਸ ਆ ਅਤੇ ਇਹਨੂੰ ਲੈ ਲਈਏ, ਪਰ ਉਹ ਫਿਲਮ ਫਿਰ ਮੂੰਹ ਦੇ ਮੂੰਹ ਡਿੱਗਦੀ ਆ ਜੀ, ਕਿਉਂਕਿ ਉਹਦੇ ਪਿੱਛੇ ਕਈਆਂ ਦੇ ਪੇਟ 'ਤੇ ਲੱਤ ਵੱਜਦੀ ਆ ਵੀ ਇੱਕ ਬੰਨੇ ਮੇਰੀ 20-30 ਸਾਲ ਦੀ ਮਿਹਨਤ ਹੈ, ਇੱਕ ਬੰਨੇ ਅੱਜ ਹੀ ਰੀਲ ਬਣਾਉਂਦਾ ਉੱਠ ਗਿਆ ਅਤੇ ਉਹਨੂੰ ਲੈ ਲਿਆ ਉਹਨਾਂ ਨੇ ਵੀ ਫੋਲੋਅਰ। ਉਹ ਕਿਸੇ ਵੀ ਫੋਲੋਅਰ ਵਾਲੀ ਫਿਲਮ ਨਹੀਂ ਚੱਲੀ ਅੱਜ ਤੱਕ, ਕਿਤੇ ਵੀ ਨਹੀਂ ਚੱਲੀ, ਉਹ ਭਰਮ ਭੁਲੇਖੇ ਜਲਦੀ ਨਿਕਲ ਗਏ। ਹਰ ਚੀਜ਼ ਦਾ ਦੌਰ ਹੁੰਦਾ ਵਾ, ਠੀਕ ਹੈ, ਹਰ ਇੱਕ ਨੂੰ ਰੋਜ਼ੀ ਰੋਟੀ ਮਿਲਣੀ ਚਾਹੀਦੀ ਹੈ, ਨਾਲੇ ਦੂਜਾ ਜਿਹੜਾ ਕੋਈ ਵੱਖਰੀ ਚੀਜ਼ ਕਰਦਾ ਵਾ, ਜੇ ਉਹ ਕਾਇਮ ਰਹਿੰਦਾ ਉਸ ਚੀਜ਼ 'ਤੇ ਤਾਂ ਉਹਨੇ ਚੱਲਣਾ ਹੀ ਆ ਜੀ। ਅਤੇ ਜਿਹੜੀਆਂ ਫੂਡ ਚੀਜ਼ਾਂ ਵਾ, ਬੇਢੰਗੀਆਂ ਚੀਜ਼ਾਂ, ਉਹਨਾਂ ਦੇ ਸਹਾਰੇ ਜੇ ਤੁਸੀਂ ਚੱਲਣ ਦੀ ਸੋਚਦੇ ਹੋ ਤਾਂ ਨਹੀਂ, ਜਿਹੜੀ ਸਮਾਜ ਨੂੰ ਥੋੜ੍ਹਾ ਜਿਹਾ ਨੀਵਾਂ ਗਿਰਾਉਂਦੀ ਆ, ਨਹੀਂ ਉਹਦੇ ਨਾਲ ਨਹੀਂ ਤੁਸੀਂ ਚੱਲਦੇ। ਮਿਹਨਤ ਕਰਨੀ ਪੈਣੀ ਔਰ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਆ, ਜੇ ਆਪਣੇ ਆਪ ਨੂੰ ਭਰਨਾ ਆ, ਹੈ ਨਾ, ਨਹੀਂ ਤਾਂ ਖਾਲੀ ਰਹਿ ਜਾਵਾਂਗੇ ਔਰ ਖਾਲੀ ਭਾਂਡੇ ਜਿਹੜੇ ਉਹ ਖੜਕਦੇ ਹੀ ਹੁੰਦੇ ਆ, ਉਹਨਾਂ 'ਚ ਸ਼ੋਰ ਹੀ ਹੁੰਦਾ ਆ ਔਰ ਪੱਲੇ ਕੁਛ ਨਹੀਂ ਹੁੰਦਾ ਉਹਨਾਂ ਦੇ। ਹਾਂਜੀ, ਉਹ ਥੋਥਾ ਚਣਾ ਬਾਜੇ ਗਣਾ ਵਾਲੀ ਗੱਲ ਹੈ ਜੀ। ਅਤੇ ਸਾਨੂੰ ਪੜ੍ਹਾਈ ਜਿਹੜੀ ਅਕਲ ਦਿੰਦੀ ਆ, ਲਿਆਕਤ ਦਿੰਦੀ ਆ, ਸਿਆਣਾ ਕਰਦੀ ਆ, ਅਤੇ ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ ਅਤੇ ਪੜ੍ਹ ਕੇ ਲੋਕਾਂ ਤੱਕ ਸਾਂਝਾ ਗਿਆਨ ਜਿਹੜਾ ਵੰਡਣਾ ਚਾਹੀਦਾ ਜੀ। ਅਤੇ ਉਹ ਜਿੰਨਾ ਤੁਸੀਂ ਵੰਡੋਗੇ ਤੁਹਾਡਾ ਦੁੱਗਣਾ ਹੁੰਦਾ ਜਾਏਗਾ, ਇਹ ਐਸਾ ਖਜ਼ਾਨਾ ਹੈ ਜੀ। ਔਰ ਮੈਂ ਸ਼ੁਕਰੀਆ ਕਰਨਾ ਚਾਹਾਂਗੀ ਇਸੇ ਨਾਲ ਹੀ ਕਿ ਤੁਸੀਂ ਸਮਾਂ ਕੱਢਿਆ ਸਾਡੇ ਪੋਡਕਾਸਟ ਦੇ ਵਿੱਚ, ਸੇਂਟ ਸੋਲਜਰ ਟਾਈਮਸ ਦੇ ਪੋਡਕਾਸਟ ਦੇ ਵਿੱਚ ਪਹੁੰਚੇ, ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ, ਬਹੁਤ ਸ਼ੁਕਰੀਆ ਜੀ। ਸਾਰੇ ਸੇਂਟ ਸੋਲਜਰ ਚੈਨਲ ਵੇਖ ਰਹੇ ਸਾਰੇ ਪਿਆਰੇ ਦਰਸ਼ਕਾਂ ਨੂੰ ਗੁਰਿੰਦਰ ਮੱਖਣਾ ਵਾਲਾ ਸਤਿ ਸ਼੍ਰੀ ਅਕਾਲ। ਥੈਂਕ ਯੂ, ਸ਼ੁਕਰੀਆ।